ਉਤਪਤ 24 ਦੇ ਆਏ ਉਸ ਦੀ ਇੱਕ ਆਇਤ ਵਿੱਚ ਪਰਮੇਸ਼ਰ ਆਪਣੇ ਦਾਸ ਅਬਰਾਹਮ ਨੂੰ ਸਾਰੀਆਂ ਗੱਲਾਂ ਵਿੱਚ ਬਰਕਤ ਦਿੰਦਾ ਹੈ ਅਤੇ ਪਹਿਲਾ ਰਾਜਾ 3 ਦੇ ਆਏ ਉਸ ਦੀ 12 ਆਇਤ ਵਿੱਚ ਪਰਮੇਸ਼ਰ ਆਪਣੇ ਦਾਸ ਸੁਲੇਮਾਨ ਨੂੰ ਆਖਦਾ ਹੈ ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਪਰਮੇਸ਼ਰ ਆਪਣੇ ਦਾਸ ਯੋਸ਼ੂਆ ਨੂੰ ਆਖਦਾ ਹੈ ਜਿੱਥੇ ਤੂੰ ਜਾਵੇਂਗਾ ਮੈਂ ਤੇਰੇ ਸੰਗ ਹੋਵਾਂਗਾ। ਇਸੇ ਤਰ੍ਹਾਂ ਪ੍ਰਭੂ ਯੇਸ਼ੂ ਨੇ ਆਪਣੇ ਦਾਸ ਸੰਤ ਸੁੰਦਰ ਲਾਲ ਜੀ ਨੂੰ ਸੇਵਕਾਈ ਦੇ ਸਾਰੇ ਖੇਤਰਾਂ ਵਿੱਚ ਆਸ਼ੀਸ਼ ਦਿੱਤੀ, ਜਿਵੇਂ ਪੈਦਲ ਪ੍ਰਚਾਰ ਕਰਨਾ, ਕਲੀਸਿਯਾਵਾਂ ਦੀ ਸਥਾਪਨਾ, ਭਵਨਾਂ ਦੀ ਉਸਾਰੀ ਅਤੇ TV ਚੈਨਲਾਂ 'ਤੇ ਪ੍ਰਚਾਰ ਕਰਨਾ, ਪੰਜਾਬ ਤੋਂ ਇਲਾਵਾ ਦੂਸਰੇ ਪ੍ਰਾਂਤਾਂ ਵਿੱਚ ਵੀ ਖੁਸ਼ਖਬਰੀ ਸੁਣਾਉਣਾ। ਜਿਸ ਦਿਨ ਤੋਂ ਪਹਿਲੇ ਆਦਮ ਨੇ ਪਾਪ ਕੀਤਾ ਉਸ ਦਿਨ ਤੋਂ ਪਰਮੇਸ਼ਵਰ ਆਪਣੇ ਵੱਖ ਵੱਖ ਦਾਸਾਂ ਦੇ ਦੁਆਰਾ ਸੰਸਾਰ ਨਾਲ ਬੋਲਦਾ ਰਿਹਾ। ਜਿਨ੍ਹਾਂ ਵੀ ਆਪਣੇ ਜਨਾਂ ਦੇ ਦੁਆਰਾ, ਆਪਣੇ ਦਾਸਾਂ ਦੇ ਦੁਆਰਾ ਪਰਮੇਸ਼ਵਰ ਸੰਸਾਰ ਨਾਲ ਬੋਲਦਾ ਸੀ, ਪਰਮੇਸ਼ਵਰ ਉਹਨਾਂ ਨੂੰ ਸੰਸਾਰ ਤੋਂ ਵੱਖ ਕਰਦਾ ਸੀ। ਪਰਮੇਸ਼ਵਰ ਨੇ ਆਪਣੇ ਦਾਸ ਯਰਮੀਆ ਨੂੰ ਕਿਹਾ, ਮੈਂ ਤੈਨੂੰ ਤੇਰੀ ਮਾਂ ਦੇ ਪੇੜ ਤੋਂ ਵੱਖਰਾ ਕੀਤਾ। ਔਰ ਜਦੋਂ ਪਰਮੇਸ਼ਵਰ ਦੇ ਦਾਸ ਪੌਲਸ ਆਪਣਾ ਤਜਰਬਾ ਦੱਸਦੇ ਹਨ, ਉਹ ਕਹਿੰਦੇ ਹਨ, ਪਰਮੇਸ਼ਵਰ ਨੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਤੋਂ ਹੀ ਸਾਨੂੰ ਠਹਿਰਾਇਆ ਹੋਇਆ ਸੀ। ਪਰਮੇਸ਼ਵਰ ਜਦੋਂ ਆਪਣੇ ਦਾਸਾਂ ਨੂੰ ਠਹਿਰਾਉਂਦਾ ਹੈ ਉਸ ਸਮੇਂ ਉਹਨਾਂ ਨੂੰ ਮੁਖਤਿਆਰੀ ਦਿੰਦਾ ਹੈ। ਪਰਮੇਸ਼ਵਰ ਦੇ ਦਾਸ ਪੌਲਸ ਕਹਿੰਦੇ ਹਨ ਕਿ ਖੁਦਾਵੰਦ ਨੇ ਸਾਨੂੰ ਪਰਮੇਸ਼ਵਰ ਦੇ ਭੇਤਾਂ ਦੀ ਮੁਖਤਿਆਰੀ ਦਿੱਤੀ ਹੈ। ਪਰਮੇਸ਼ਵਰ ਨੇ ਆਪਣੇ ਦਾਸ ਸੰਤ ਸੁੰਦਰ ਲਾਲ ਜੀ ਨੂੰ 1988 ਦੇ ਵਿੱਚ ਚੁਣਿਆ ਅਤੇ ਆਪਣੇ ਭੇਤਾਂ ਦੀ ਮੁਖਤਿਆਰੀ ਦਿੱਤੀ। ਪਰਮੇਸ਼ਵਰ ਨੇ ਆਪਣੇ ਦਾਸ ਨੂੰ ਵਚਨ ਦੀ ਸੇਵਕਾਈ ਦਿੱਤੀ। ਉਸ ਦਿਨ ਤੋਂ, ਜਿਸ ਦਿਨ ਤੋਂ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਲਈ ਚੁਣਿਆ, ਉਸ ਦਿਨ ਤੋਂ ਪਰਮੇਸ਼ਵਰ ਨੇ ਇਸ ਖਾਸ ਉਦੇਸ਼ ਨੂੰ ਉਹਨਾਂ ਦੀ ਜ਼ਿੰਦਗੀ 'ਚ ਪੂਰਾ ਕਰਨਾ ਸ਼ੁਰੂ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੀਕ, 1988 ਤੋਂ ਲੈ ਕੇ ਅੱਜ ਤੀਕ ਉਹ ਸਾਰੇ ਸੰਸਾਰ ਦੇ ਵਿੱਚ ਪਰਮੇਸ਼ੁਰ ਦਾ ਵਚਨ ਬਣ ਰਹੇ ਹਨ। ਔਰ ਜੋ ਜੋ ਪਰਮੇਸ਼ੁਰ ਦਾ ਵਚਨ ਸੁਣਦਾ ਹੈ ਉਹ ਆਸ਼ੀਸ਼ ਪਾਉਂਦਾ ਹੈ। ਜੋ ਪਰਮੇਸ਼ੁਰ ਨੇ ਭੇਤ ਆਪਣੇ ਦਾਸ ਸੰਤ ਸੁੰਦਰ ਲਾਲ ਜੀ ਉਹਨਾਂ ਨੂੰ ਦਿੱਤੇ ਹਨ, ਅੱਜ ਉਹ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਜਾ ਰਹੇ ਹਨ। ਜਦੋਂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਜਾ ਰਹੇ ਹਨ, ਤੁਸੀਂ ਉਹਨਾਂ ਭੇਤਾਂ ਨੂੰ ਸੁਣੋ ਅਤੇ ਠੀਕ ਠੀਕ ਸਮਝ ਸਕੋ। ਇਸ ਦੇ ਲਈ ਆਓ ਸਭ ਪ੍ਰਾਰਥਨਾ ਕਰਾਂਗੇ, ਕਿਉਂਕਿ ਪਰਮੇਸ਼ੁਰ ਦੀ ਬਾਣੀ ਆਤਮਾ ਦੀ ਲਿਖਤ ਹੈ। ਔਰ ਸਭ ਆਤਮਾ ਦੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਤੁਹਾਨੂੰ ਉਹ ਆਤਮਾ ਦੇਵੇ ਜਿਸ ਆਤਮਾ ਦੇ ਵਿੱਚੋਂ ਪਰਮੇਸ਼ਵਰ ਆਪਣੀ ਬਾਣੀ ਦੇਣ ਦੇ ਲਈ ਜਾ ਰਿਹਾ ਹੈ। ਆਓ ਸਭ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਅਤੇ ਪ੍ਰਾਰਥਨਾ ਕਰਾਂਗੇ। ਹੇ ਸਰਵ ਸ਼ਕਤੀਮਾਨ ਪਰਮੇਸ਼ਰ, ਅੱਜ ਜਦੋਂ ਤੁਹਾਡਾ ਦਾਸ ਤੁਹਾਡੀ ਬਾਣੀ ਦਾ ਪ੍ਰਚਾਰ ਕਰਨ ਲਈ ਜਾ ਰਿਹਾ ਹੈ, ਆਪਣੀ ਪਵਿੱਤਰ ਆਤਮਾ ਦੇ ਨਾਲ ਭਰਪੂਰ ਕਰੋ ਔਰ ਆਪਣੀ ਸਮਝ ਪ੍ਰਦਾਨ ਕਰੋ। ਜਿਹੜਾ ਵੀ ਤੁਹਾਡੇ ਵਚਨਾਂ ਨੂੰ ਸੁਣੇ ਔਰ ਤੁਹਾਡੇ ਵਚਨ ਨੂੰ ਸਮਝੇ ਔਰ ਤੁਹਾਡੀ ਇੱਛਾ ਨੂੰ ਪੂਰੀਆਂ ਕਰਨ ਵਾਲਾ ਬਣੇ ਅਤੇ ਹਰ ਇੱਕ ਜੀਵਨ ਦੇ ਵਿੱਚੋਂ ਬੁਰਿਆਈ ਖਤਮ ਹੋਵੇ, ਨਿਰਾਸ਼ਾ ਪਰੇਸ਼ਾਨੀਆਂ ਖਤਮ ਹੋਣ ਔਰ ਜੀਵਨਾਂ ਦੇ ਵਿੱਚੋਂ ਬਿਮਾਰੀਆਂ ਦੁੱਖ ਖਤਮ ਹੋਣ ਔਰ ਤੁਹਾਡੇ ਸਭ ਬੱਚੇ ਤੁਹਾਡੀਆਂ ਰਹਿਮਤਾਂ ਨੂੰ ਪ੍ਰਾਪਤ ਕਰਨ ਔਰ ਦਿਆਲੂ ਪਿਤਾ ਪਰਮੇਸ਼ਰ ਤੁਹਾਡੇ ਸਵਰਗ ਰਾਜ ਦੇ ਅਧਿਕਾਰੀ ਬਣ ਜਾਣ। ਤੁਹਾਡੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਂ 'ਚ ਮੰਗਦੇ ਹਾਂ, ਆਮੀਨ। ਸਾਰੀ ਸੰਗਤ ਨੂੰ ਜੈ ਮਸੀਹ ਦੀ। ਪਰਮੇਸ਼ਰ ਖਾਸ ਅੱਜ ਦੇ ਦਿਨ 'ਚ, ਜੋ ਅੱਜ ਦਾ ਦਿਨ ਕ੍ਰਿਸਮਿਸ ਦਾ ਦਿਨ ਬੜਾ ਦਿਨ ਹੈ, ਜਿਸ ਦਿਨ ਪਰਮੇਸ਼ਰ ਨੇ ਆਪਣਾ ਪਿਆਰ ਆਪਣੇ ਪੁੱਤਰ ਪ੍ਰਭੂ ਯੇਸ਼ੂ ਦੇ ਵਸੀਲੇ ਸੰਸਾਰ ਦੇ ਉੱਤੇ ਪ੍ਰਗਟ ਕੀਤਾ। ਇਸ ਲਈ ਮੇਰੇ ਭਾਈ ਭੈਣੋ, ਧਰਤੀ 'ਤੇ ਸ਼ਾਂਤੀ ਸੇਵਕਾਈ ਵੱਲੋਂ, ਸਾਰੇ ਸਹਿਯੋਗੀ ਅਤੇ ਸਾਰੀਆਂ ਸੰਗਤਾਂ ਵੱਲੋਂ ਆਪ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਇਹ ਦਿਨ ਅਤੇ ਇਹ ਸਾਲ ਜੋ ਸ਼ੁਰੂ ਹੋਣ ਲਈ ਜਾ ਰਿਹਾ, ਤੁਹਾਡੇ ਲਈ ਖੁਸ਼ੀਆਂ, ਤੁਹਾਡੇ ਲਈ ਆਨੰਦ, ਤੁਹਾਡੇ ਲਈ ਸ਼ਾਂਤੀ ਅਤੇ ਤੁਹਾਡੇ ਲਈ ਪਰਮੇਸ਼ਰ ਦੀਆਂ ਬਰਕਤਾਂ ਲੈ ਕੇ ਆਵੇ। ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਨੇ
चरनी दे विच जन्म लिया ते चरनी नूं भाग लगा दिते, चरनी नूं आशीष दे दिती, जां बैतलम दी धरती ते छोटे जे नगर दे विच जन्म लिया ते उस नगर नूं सारे वर्ल्ड दे विच महान बना दिता। इसे तरह यह क्रिसमस का मौका, यह क्रिसमस का शुभ समा आप सारियां लई वड्डियां बरकतां ते खुशियां लैके आवे, तां जो साडे पंजाब स्टेट, साडे भारत देश ते पूरे विश्व दे विच उहदी शांति ते उहदी खुशहाली ते उहदी आशीषां प्रगट होण, तां जो साडे देश चों ते पूरे विश्व दे विचों हर तरह दी बुराई ते हर तरह दे सराप ते हर तरह दीआं बीमारियां ते हर तरह दे नशे दीआं माड़ियां आदतां ते हर तरह दा मौत दा खौफ हर जिंदगी चों खत्म हो जावे, तां जो परमेश्वर अपनी कृपा नूं तुहाडे उत्ते बहाल करे। इस लई मेरे भाई भैणो, प्रभु यीशु आया भी इसे लई है ताकि इंसान दे जीवन चों मौत दे खौफ नूं खत्म करे, इंसान दे जीवन चों सराप नूं खत्म करे, इंसान दे जीवन चों पाप नूं खत्म करे। इसे लई प्रभु यीशु दा जन्म इसलिए संसार दे उत्ते होया ताकि परमेश्वर अपने पुत्र दे द्वारा इंसान नूं पाप तों, सराप तों ते मौत दे साए तों आजादी देवे। इसलिए परमेश्वर दा पवित्र वचन इसे तरह सिखाउंदा है। मेरे भाई भैणों, प्रभु यीशु दा जन्म इसे गल दा संकेत है कि प्रभु यीशु दा जन्म हनेरे विच रोशनी दी किरण बन के आया, प्रभु यीशु गम दे विच खुशी दी किरण बन के आया, प्रभु यीशु पाप दे विच धार्मिकता दी किरण बन के आया, प्रभु यीशु निराशा दे विच आशा दी किरण बन के आया, प्रभु यीशु गुलामी दे विच आजादी दी किरण बन के आया, प्रभु यीशु दुख दे विच सुख दी किरण बन के आया ते प्रभु यीशु मसीह मौत दे साए दे विच जीवन दी ते रोशनी दी किरण बन के आया। इसलिए परमेश्वर दा पवित्र वचन इस तरह बाइबल दे विच बयान करदा है, लूका दी अंजील 2:8-9 दे विच इसे तरह परमेश्वर दा वचन लिखिया है। उस देश विच अजाली सन जो रड़ विच रहिंदे आते रात नूं अपने इज्जड़ दी राखी करदे सन ते प्रभु दा एक दूत उहनां दे कोल आ खलोता अते प्रभु दा तेज उहनां दे चफेरे चमकिया ते ओह बहुत ही डर गए। हनेरे दे विच रात दे समें जिथे अजाली भेडां दी राखी करदे सन उत्थे इक रोशनी दी किरण बन के प्रभु यीशु आया, हनेरे दे विच रोशनी दी किरण बन के आया। इसलिए प्रभु यीशु दा जन्म एक संसार दे लई खुशी, आनंद और शांति दा संकेत है। इसलिए जिहड़ा इंसान प्रभु यीशु दे पवित्र वचन नूं अपने जीवन दे विच रखदा है ओह परमेश्वर दीआं आशीषां ते परमेश्वर दे वादियां नूं प्राप्त करदा है। इसलिए परमेश्वर दा प्रेमी यशायाह नबी भी इस गल नूं बयान करदा है कि प्रभु यीशु दा जन्म यशायाह दी पुस्तक 53:2 दे विच इस तरीके नाल लिखिया, ओह तां क्रुंबल वांगू ओहदे अगे अते सुक्की धरती विचों जड़ वांगू फुट निकलिया, ओहदा ना कोई रूप सी ना कोई सरूप सी ते जद असी ओहनूं वेखीए तां कोई सुहप्पण नहीं सी वी असी उसनूं पसंद करिए। जिवें सुक्की धरती दे विचों क्रुंबल वांगू एक बीज फुटदा है, ऐसे तरह जिथे मौत दा साया सी, जिथे गम सी, जिथे पाप इंसान दीआं जिंदगीआं च राज करदा सी, उत्थे प्रभु यीशु मसीह ओह शब्द इंसानां दे लई जीवन बन के आया तां कि अपने जीवन दे द्वारा इंसानां नूं पाप तों, शराब तों ते मौत दी गुलामी तों पूर्ण आजादी देवे। इस लई मेरे भाई भैणों, परमेश्वर दा प्रेमी यशायाह नबी 9:2 दे विच भी इसे गल नूं ही प्रगट करदा है, जिहड़े लोक हनेरे विच चलदे सन उहनां ने वड्डा चानण वेख्या अते जिहड़े मौत दे साए दे देश विच वसदे सन उहनां उत्ते चानण चमकिया, भाव जिहड़े मौत दे साए च रहि रहे सी, जिहड़े गम दे विच रहि रहे सी, जिहड़े दुख दे विच रहि रहे सी, जिहड़े मुसीबतां च रहि रहे सी, प्रभु यीशु मसीह उहनां लई आस दी किरण बन के आया, प्रभु यीशु मसीह उहनां लई सुख दी किरण बन के आया, प्रभु यीशु मसीह उहनां लई आजादी दी किरण बन के आया, प्रभु यीशु मसीह उहनां दे लई धार्मिकता दी किरण बन के आया ते प्रभु यीशु मसीह उहनां लई खुशी दी किरण बन के आया। क्यों उस शब्द नूं मनुख बनना पिया? क्योंकि पहले मनुख आदम ने
परमेश्वर दे वचन नूं तोड़ दिता, जुदाई पै गई, मौत दा साया इंसान दे जीवन च राज करन लगा। इस लई उस सर्वशक्तिमान परमेश्वर ने अपना प्रेम अपने पुत्र प्रभु यीशु मसीह दे वसीले पड़ कीता तां जो इंसान नूं फिर सर्वशक्तिमान परमेश्वर दे नाल मिलावे। जिस सर्वशक्तिमान परमेश्वर ने इंसान नूं अपने स्वरूप ते अपने वर्गा बनाया, जिस दे लई बनाया सी, आदम परमेश्वर दे प्रति वफादार नहीं रहा। आदम अपने सिरजनहारे अपने मालिक नूं भुल गया, जिहदे लई अनेकां प्रेमियां ने इन्हां गल्लां दा तजर्बा पाया। जिवें असीं अयूब दी पुस्तक 12 अध्याय उहदी 7 आयत दे विच परमेश्वर दे पवित्र वचन नूं पढ़दे हां, अयूब ने इस गल नूं जाण लिया, अयूब ने इस गल नूं समझ लिया कि सारी सृष्टि दे उत्ते जो कुछ भी परमेश्वर ने बनाया, खास करके जीव जंतु, आकाश उड्डण वाले पंछी, कि यह सब कुछ अपने मालिक दे प्रति वफादार है। पर इंसान जिन्हों परमेश्वर ने अपने स्वरूप ते अपने वर्गा बनाया, वह अपने मालिक ते अपने सिरजनहारे दे प्रति वफादार नहीं रहा, जिहदे कारण सर्वशक्तिमान परमेश्वर फिर खुद मनुख बनिया ताकि मनुख नूं अपने नाल मिला सके। इसलिए अयूब नबी बयान करदा इस गल नूं कि मनुख परमेश्वर दे वचन तों, परमेश्वर दी सच्चाई तों ते वफादारी तों किन्ना दूर चला गया, जिहदे बारे नवी बयान करदा है कि मनुख नालों हजे जानवर, आकाश दे पंछी वह वफादार ने, अपने मालिक दी पहचान करदे ने कि किहड़े काम लई मालिक ने सानू बनाया है, पर मनुख भुल गया कि परमेश्वर ने मैनू क्यों बनाया है। इसलिए अयूब नबी इस गल नूं बयान करदा है। अयूब नबी दी पुस्तक 12 अध्याय उहदी 7 आयत दे विच लिखिया, परंतु डंगरां तों पुछ ਅਤੇ ਉਹ ਤੈਨੂੰ ਸਿਖਾਉਣਗੇ। ਕਿਹਨੂੰ ਸਿਖਾਉਣਗੇ? ਮਨੁੱਖ ਨੂੰ, ਕਿ ਹੇ ਮਨੁੱਖ ਡੰਗਰਾਂ ਤੋਂ ਸਿੱਖ, ਇਹ ਤੈਨੂੰ ਸਿਖਾਉਣਗੇ ਕਿ ਡੰਗਰ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਨੇ। ਅਗਲੀ ਲਾਈਨ 'ਚ ਲਿਖਦਾ ਕਿ ਆਕਾਸ਼ ਦੇ ਪੰਛੀਆਂ ਤੋਂ ਉਹ ਤੈਨੂੰ ਦੱਸਣਗੇ। ਪ੍ਰਭੂ ਯੇਸ਼ੂ ਨੇ ਵੀ ਖੁਦ ਕਿਹਾ, ਆਕਾਸ਼ ਦੇ ਪੰਛੀਆਂ ਵੱਲ ਵੇਖੋ, ਨਾ ਬੀਜਦੇ, ਨਾ ਵੱਢਦੇ ਤੇ ਨਾ ਭੜੋਲਿਆਂ 'ਚ ਜਮ੍ਹਾਂ ਕਰਦੇ ਆ, ਸਿਰਜਣਹਾਰਾ ਉਹਨਾਂ ਦੀ ਪ੍ਰਿਤ ਪਾਲ ਕਰਦਾ ਹੈ। ਪਰ ਮਨੁੱਖ ਬੀਜਦਾ ਵੀ ਹੈ, ਵੱਢਦਾ ਵੀ ਹੈ ਤੇ ਜਮ੍ਹਾਂ ਵੀ ਕਰਦਾ ਹੈ, ਪਰ ਫਿਰ ਵੀ ਚਿੰਤਾ ਕਰਦਾ ਹੈ। ਇਸ ਲਈ ਆਕਾਸ਼ ਦੇ ਪੰਛੀਆਂ ਤੋਂ ਪੁੱਛ ਤੇ ਉਹ ਤੈਨੂੰ ਦੱਸਣਗੇ। ਅੱਗੇ ਲਿਖਿਆ, ਜਾਂ ਧਰਤੀ ਨਾਲ ਗੱਲ ਕਰ ਤਾਂ ਇਹ ਤੈਨੂੰ ਸਿਖਾਵੇਗੀ। ਪਰਮੇਸ਼ਰ ਨੇ ਜ਼ਮੀਨ ਨੂੰ ਕਿਉਂ ਬਣਾਇਆ? ਕਿਉਂਕਿ ਬਾਈਬਲ ਇਹ ਗੱਲ ਬਿਆਨ ਕਰਦੀ ਹੈ ਕਿ ਜ਼ਮੀਨ ਤੋਂ ਪਹਿਲਾਂ ਸਾਰੀ ਜ਼ਮੀਨ 'ਤੇ ਪਾਣੀ ਹੀ ਪਾਣੀ ਸੀ। ਪਰਮੇਸ਼ਰ ਨੇ ਪਾਣੀਆਂ ਨੂੰ ਹੁਕਮ ਦਿੱਤਾ ਅਤੇ ਇਕੱਠੇ ਹੋ ਗਏ, ਸਮੁੰਦਰਾਂ ਦਾ ਰੂਪ ਧਾਰਨ ਕਰ ਲਿਆ ਅਤੇ ਖੁਸ਼ਕੀ ਅਤੇ ਧਰਤੀ ਦਿਖਾਈ ਦੇਣ ਲੱਗ ਪਈ। ਪਰਮੇਸ਼ਰ ਨੇ ਧਰਤੀ ਨੂੰ ਕਿਉਂ ਬਣਾਇਆ? ਇਸ ਲਈ ਕਿ ਧਰਤੀ ਅਨਾਜ ਉਤਪੰਨ ਕਰੇ, ਸਾਗ ਪੱਤ ਪੈਦਾ ਕਰੇ ਅਤੇ ਆਦਮੀ ਖਾ ਕੇ ਜਿਉਂਦਾ ਰਹਿ ਸਕੇ। ਇਸ ਲਈ ਧਰਤੀ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਹੈ, ਆਕਾਸ਼ ਦੇ ਪੰਛੀ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਨੇ, ਡੰਗਰ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਨੇ। ਔਰ ਅੱਗੇ ਲਿਖਦਾ ਕਿ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਣਾ ਕਰਨਗੀਆਂ। ਇਹੀ ਕਾਰਨ ਹੈ ਪ੍ਰਭੂ ਯੇਸ਼ੂ ਨੇ ਚੇਲਿਆਂ ਨੂੰ ਕਿਹਾ ਕਿ ਜਾਲ ਬੇੜੀ ਦੇ ਸੱਜੇ ਪਾਸੇ ਪਾਓ, ਤੇ ਪਤਰਸ ਨੇ ਯੇਸ਼ੂ ਦੇ ਕਹਿਣ 'ਤੇ ਜਦੋਂ ਜਾਲ ਬੇੜੀ ਦੇ ਸੱਜੇ ਪਾਸੇ ਪਾਇਆ, ਲਿਖਿਆ 153 ਵੱਡੀਆਂ ਵੱਡੀਆਂ ਮੱਛੀਆਂ ਉਹ ਜਾਲ ਦੇ ਵਿੱਚ ਦਾਖਲ ਹੋ ਗਈਆਂ। ਭਾਵ ਮੱਛੀਆਂ ਕਹਿਣਾ ਮੰਨਦੀਆਂ ਹੈ, ਡੰਗਰ ਕਹਿਣਾ ਮੰਨਦੇ ਨੇ, ਆਕਾਸ਼ ਦੇ ਪੰਛੀ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਨੇ, ਤੇ ਜ਼ਮੀਨ ਜਿਸ ਕੰਮ ਲਈ ਪਰਮੇਸ਼ਰ ਨੇ ਬਣਾਈ ਹੈ ਇਹ ਸਾਗ ਪੱਤ ਉਗਾ ਰਹੀ ਹੈ। ਪਰ ਮਨੁੱਖ ਜਿਹਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਇਆ, ਉਹ ਆਪਣੇ ਸਿਰਜਣਹਾਰੇ ਦੇ ਪ੍ਰਤੀ ਵਫ਼ਾਦਾਰ ਨਹੀਂ ਰਿਹਾ, ਜਿਹਦੇ ਕਾਰਨ ਉਹ ਸਰਵਸ਼ਕਤੀਮਾਨ ਪਰਮੇਸ਼ਰ ਖੁਦ ਮਨੁੱਖ ਬਣਿਆ ਤਾਂ ਕਿ ਮਨੁੱਖ ਨੂੰ ਫਿਰ ਆਪਣੇ ਨਾਲ ਮਿਲਾ ਸਕੇ ਤੇ ਉਹਦੀ ਵਿਗੜੀ ਹੋਈ ਹਾਲਤ ਨੂੰ, ਜਿਹੜਾ ਪ੍ਰਤਾਪ ਤੇ ਜਲਾਲ ਤੋਂ ਦੂਰ ਚਲਾ ਗਿਆ ਹੈ, ਜਿੱਥੇ ਆਨੰਦ, ਜਿੱਥੇ ਖੁਸ਼ੀ ਤੇ ਜਿੱਥੇ ਜੀਵਨ ਸੀ, ਉੱਥੇ ਗਮ, ਨਿਰਾਸ਼ਾ ਤੇ ਮੌਤ ਦਾ ਸਾਇਆ ਆ ਗਿਆ ਹੈ। ਉਸ ਮੌਤ ਦੇ ਸਾਇਏ ਨੂੰ ਖਤਮ ਕਰਨ ਲਈ, ਉਸ ਸਰਾਪ ਨੂੰ ਖਤਮ ਕਰਨ ਲਈ, ਉਸ ਪਾਪ ਨੂੰ ਖਤਮ ਕਰਨ ਦੇ ਲਈ ਉਹ ਸ਼ਬਦ ਮਨੁੱਖ ਬਣਿਆ ਤਾਂ ਕਿ ਸਾਨੂੰ ਸਰਵਸ਼ਕਤੀਮਾਨ ਪਰਮੇਸ਼ਰ ਨਾਲ ਮਿਲਾ ਸਕੇ। ਉਹ ਦਾਸ ਬਣਿਆ, ਉਹ ਨੌਕਰ ਬਣਿਆ ਤਾਂ ਕਿ ਸਾਨੂੰ ਮਾਲਕ ਬਣਾ ਸਕੇ। ਉਹ ਪਾਪੀ ਠਹਿਰਿਆ ਤਾਂ ਕਿ ਸਾਨੂੰ ਧਰਮੀ ਬਣਾ ਸਕੇ।
ਉਹਨੇ ਦੁੱਖ ਝੱਲੇ ਨੇ ਤਾਂ ਕਿ ਸਾਨੂੰ ਖੁਸ਼ੀ ਔਰ ਸ਼ਾਂਤੀ ਪ੍ਰਦਾਨ ਕਰੇ। ਇਸੇ ਲਈ ਪ੍ਰਭੂ ਯੇਸ਼ੂ ਇਹ ਦੁਨੀਆ ਦੇ ਉੱਤੇ ਆਇਆ ਤਾਂ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਜੀਵਨ ਪ੍ਰਦਾਨ ਕਰੇ। ਇਸ ਲਈ ਯਸ਼ਾ ਜਾਂ ਨਵੀ ਵੀ ਇਸ ਗੱਲ ਨੂੰ ਬਿਆਨ ਕਰਦਾ ਹੈ, ਜਿਵੇਂ ਅਜ਼ੂਬ ਨਵੀ ਨੇ ਇਸ ਗੱਲ ਨੂੰ ਪਾਇਆ, ਯਸ਼ਾ ਜਾਂ ਨਵੀ ਨੇ ਵੀ ਇਸ ਗੱਲ ਦਾ ਭੇਤ ਪਾਇਆ। ਯਸ਼ਾ ਜਾਂ ਨਵੀ ਦੀ ਪੁਸਤਕ 1 ਅਧਿਆਏ ਉਹਦੀ 2-3 ਐਦ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਹੈ, ਹੇ ਆਕਾਸ਼ ਸੁਣ ਅਤੇ ਹੇ ਧਰਤੀ ਕੰਨ ਲਾ, ਪਰਮੇਸ਼ਰ ਇਉਂ ਫਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਪਰ ਉਹ ਮੇਥੋਂ ਆਕੀ ਹੋ ਗਏ, ਮੈਂ ਮਨੁੱਖ ਨੂੰ ਬਣਾਇਆ ਪਰ ਮਨੁੱਖ ਮੇਰੇ ਪ੍ਰਤੀ ਵਫ਼ਾਦਾਰ ਨਹੀਂ ਰਿਹਾ। ਅੱਗੇ ਬਿਆਨ ਕਰਦਾ ਹੈ 3 ਐਦ ਦੇ ਵਿੱਚ, ਬਲਦ ਆਪਣੇ ਮਾਲਕ ਨੂੰ ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ। ਬਲਦ ਨੂੰ ਪਤਾ ਹੈ ਮੇਰਾ ਮਾਲਕ ਕੌਣ ਹੈ, ਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ ਕਿ ਮੇਰੇ ਮਾਲਕ ਨੇ ਮੇਰੇ ਲਈ ਭੋਜਨ ਕਿੱਥੇ ਰੱਖਿਆ ਹੈ, ਮੇਰੇ ਮਾਲਕ ਨੇ ਮੇਰੇ ਲਈ ਭੋਜਨ ਕਿੱਥੇ ਤਿਆਰ ਕੀਤਾ ਹੈ। ਪਰ ਇਸਰਾਇਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਜਾਣਦੀ ਕਿ ਮੇਰਾ ਮਾਲਕ ਕੌਣ ਹੈ। ਇਸ ਲਈ ਯਸ਼ਾ ਜਾਂ ਨਬੀ ਨੇ ਵੀ ਇਸ ਗੱਲ ਦਾ ਭੇਤ ਪਾਇਆ ਕਿ ਬਲਦ ਵੀ ਜਾਣਦਾ ਮੇਰਾ ਮਾਲਕ ਕੌਣ ਹੈ, ਖੋਤਾ ਵੀ ਜਾਣਦਾ ਮੇਰਾ ਮਾਲਕ ਕੌਣ ਹੈ, ਪਰ ਮਨੁੱਖ ਭੁੱਲ ਗਿਆ ਕਿ ਮੇਰਾ ਮਾਲਕ ਕੌਣ ਹੈ ਤੇ ਉਹਨੇ ਮੈਨੂੰ ਕਿਉਂ ਜ਼ਮੀਨ ਦੇ ਉੱਤੇ ਪੈਦਾ ਕੀਤਾ ਹੈ। ਇਸ ਲਈ ਉਹ ਮਾਲਕ ਖੁਦ ਮਨੁੱਖ ਬਣਿਆ ਤਾਂ ਕਿ ਸਾਨੂੰ ਫਿਰ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਨਾਲ ਮਿਲਾ ਸਕੇ, ਤਾਂ ਜੋ ਫਿਰ ਆਪਣੀ ਦਇਆ ਤੇ ਆਪਣੀ ਕਿਰਪਾ ਨੂੰ ਸਾਡੇ ਉੱਤੇ ਬਹਾਲ ਕਰ ਸਕੇ। ਇਸੇ ਲਈ ਮੇਰੇ ਭਾਈ ਭੈਣੋ, ਪਰਮੇਸ਼ਰ ਨੇ ਆਪਣਾ ਪ੍ਰੇਮ ਆਪਣੇ ਪੁੱਤਰ ਯੇਸ਼ੂ ਦੇ ਵਸੀਲੇ ਪ੍ਰਗਟ ਕੀਤਾ। ਇਸ ਕ੍ਰਿਸਮਸ ਦੇ ਦਿਨ ਨੂੰ ਵੱਡੇ ਦਿਨ ਦੇ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਪਰਮੇਸ਼ਰ ਨੇ ਇਸ ਦਿਨ ਉਹ ਵੱਡਾ ਕੰਮ ਕੀਤਾ ਹੈ ਜਿਹੜਾ ਇਸ ਸੰਸਾਰ ਦੇ ਵਿੱਚ ਕੋਈ ਵੀ ਕਰ ਨਹੀਂ ਸਕਦਾ ਸੀ, ਕਿ ਉਹ ਮਾਲਕ ਜਿਹੜਾ ਸੀ ਨੌਕਰ ਜਾਂ ਦਾਸ ਦਾ ਰੂਪ ਧਾਰਨ ਕੀਤਾ ਹੈ। ਉਹ ਸਾਨੂੰ ਬਚਾਉਣ ਦੇ ਲਈ ਖੁਦ ਉਹਨੇ ਕਸ਼ਟ ਉਠਾਇਆ ਹੈ, ਸਾਡੇ ਜਿਹੜੇ ਪਾਪਾਂ ਦੇ ਕਾਰਨ ਸਾਨੂੰ ਦੁੱਖ ਤੇ ਕਸ਼ਟ ਤੇ ਮੁਸੀਬਤਾਂ ਮਿਲਣੀਆਂ ਸੀ ਉਹ ਖੁਦ ਪ੍ਰਭੂ ਯੇਸ਼ੂ ਨੇ ਆਪਣੇ ਉੱਪਰ ਉਠਾਈਆਂ ਨੇ। ਇਸੇ ਲਈ ਇਸ ਦਿਨ ਨੂੰ ਵੱਡੇ ਦਿਨ ਦੇ ਨਾਲ ਜਾਣਿਆ ਜਾਂਦਾ, ਕਿਉਂਕਿ ਪਰਮੇਸ਼ਰ ਨੇ ਆਪਣਾ ਪ੍ਰੇਮ ਆਪਣੇ ਪੁੱਤਰ ਯੇਸ਼ੂ ਦੇ ਵਸੀਲੇ ਪ੍ਰਗਟ ਕੀਤਾ ਹੈ। ਵੱਡਾ ਚਾਨਣ ਚਮਕਿਆ ਹੈ, ਵੱਡਾ ਦਿਨ ਹੈ, ਤੇ ਪ੍ਰਭੂ ਯੇਸ਼ੂ ਦਾ ਜਨਮ ਵੱਡੀ ਖੁਸ਼ੀ ਦੇ ਦਿਨ ਦੇ ਨਾਲ ਵੀ ਜਾਣਿਆ ਜਾਂਦਾ ਹੈ, ਜਿਹਦੇ ਬਾਰੇ ਅਸੀਂ ਜਦੋਂ ਅਜਾਲੀਆਂ ਦੇ ਕੋਲ ਇਹ ਸੰਦੇਸ਼ ਆਇਆ, ਲੂਕਾ ਦੀ ਅੰਜੀਲ 2:11 ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਹੈ, ਬਈ ਦਾਊਦ ਦੇ ਨਗਰ ਦੇ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ, ਜਿਹੜਾ ਸਾਰੇ ਸੰਸਾਰ ਦੇ ਪਾਪਾਂ ਨੂੰ ਆਪਣੇ ਉੱਪਰ ਉਠਾਵੇਗਾ। ਇਸੇ ਲਈ ਦਾਊਦ ਦੇ ਨਗਰ ਦੇ ਵਿੱਚ ਬੈਤਲਮ ਦੇ ਵਿੱਚ ਪ੍ਰਭੂ ਯੇਸ਼ੂ ਨੇ ਜਨਮ ਲਿਆ। ਔਰ 10 ਐਤ ਜਿਹੜੀ ਇਸੇ ਗੱਲ ਨੂੰ ਬਿਆਨ ਕਰਦੀ ਹੈ, ਤਦ ਦੂਤ ਨੇ ਉਹਨਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ। ਪ੍ਰਭੂ ਯੇਸ਼ੂ ਦਾ ਜਨਮ ਵੱਡੀ ਖੁਸ਼ੀ ਦੀ ਖਬਰ ਹੈ ਕਿ ਜਿਹੜਾ ਇਨਸਾਨ ਪ੍ਰਭੂ ਯੇਸ਼ੂ ਦੇ ਪਵਿੱਤਰ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਰੱਖਦਾ ਹੈ, ਉਹਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਉਸ ਆਨੰਦ ਨੂੰ ਪ੍ਰਾਪਤ ਕਰਦਾ ਹੈ ਜਿਹੜਾ ਆਨੰਦ ਕਦੀ ਵੀ ਖਤਮ ਨਹੀਂ ਹੁੰਦਾ, ਪਾਪ ਦੇ ਸਰਾਪ ਤੋਂ ਆਜ਼ਾਦੀ, ਮੌਤ ਦੇ ਖੌਫ ਤੋਂ ਆਜ਼ਾਦੀ। ਇਸੇ ਲਈ ਪਰਮੇਸ਼ਰ ਨੇ ਆਪਣਾ ਪ੍ਰੇਮ ਆਪਣੇ ਪੁੱਤਰ ਯੇਸ਼ੂ ਦੇ ਵਸੀਲੇ ਪ੍ਰਗਟ ਕੀਤਾ, ਕਿਉਂਕਿ ਪਰਮੇਸ਼ਰ ਦਾ ਪਵਿੱਤਰ ਵਚਨ, ਜੇਕਰ ਅਸੀਂ ਯੂਨਾਨ ਨਵੀ ਦੀ ਪੁਸਤਕ ਪੜ੍ਹੀਏ, ਜਿੱਥੇ ਆਗਿਆਕਾਰੀ ਆ ਉੱਥੇ ਖੁਸ਼ੀ ਹੈ, ਜਿੱਥੇ ਆਗਿਆਕਾਰੀ ਆ ਉੱਥੇ ਆਨੰਦ ਹੈ, ਜਿੱਥੇ ਆਗਿਆਕਾਰੀ ਆ ਉੱਥੇ ਜੀਵਨ ਹੈ, ਜਿੱਥੇ ਆਗਿਆਕਾਰੀ ਆ ਉੱਥੇ ਪਰਮੇਸ਼ਰ ਦੀ ਹਾਜ਼ੂਰੀ ਹੈ। ਇਹੀ ਕਾਰਨ ਹੈ ਕਿ ਪਹਿਲੇ ਆਦਮ ਨੇ ਪਰਮੇਸ਼ਰ ਦਾ ਵਚਨ ਤੋੜ ਦਿੱਤਾ, ਅਣਆਗਿਆਕਾਰੀ ਕੀਤੀ, ਜਿਹਦੇ ਕੰਨ ਪਾਪ ਸਰਾਪ ਔਰ ਮੌਤ ਲਾਗੂ ਹੋਈ ਹੈ, ਤੇ ਦੂਸਰਾ ਆਦਮ ਪ੍ਰਭੂ ਯੇਸੂ ਮਸੀਹ ਇਹ ਸੰਸਾਰ ਦੇ ਉੱਤੇ ਜੇਕਰ ਦੁਨੀਆਂ ਦੇ ਕੁਛ ਲੈ ਕੇ ਆਇਆ ਹੈ, ਤੇ ਮੇਰੇ ਭਾਈ ਭੈਣੋ, ਪਿਤਾ ਪਰਮੇਸ਼ਰ ਦੀ ਕਿਰਪਾ ਤੇ ਪ੍ਰਭੂ ਯੇਸੂ ਨੇ ਆਗਿਆਕਾਰੀ ਦੇ ਦੁਆਰਾ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਕਿਰਪਾ ਨੂੰ ਸੰਸਾਰ ਦੇ ਲਈ ਬਹਾਲ ਕਰ ਦਿੱਤਾ ਹੈ। ਯੂਨਾਨ ਨਬੀ ਦੀ ਪੁਸਤਕ ਇਸੇ ਚੀਜ਼ ਨੂੰ ਬਿਆਨ ਕਰਦੀ ਹੈ। ਯੂਨਾਨ ਨਬੀ ਦੀ ਪੁਸਤਕ 4 ਅਧਿਆਏ ਪਹਿਲੇ ਅਧਿਆਏ ਦੇ ਵਿੱਚ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਪਵਿੱਤਰ ਵਚਨ ਯੂਨਾਨ ਨਬੀ ਦੇ ਕੋਲ ਆਇਆ, ਪਰ ਯੂਨਾਨ ਨਬੀ ਪਰਮੇਸ਼ਰ ਦੇ ਵਚਨ ਨੂੰ ਮੰਨਿਆ ਨਹੀਂ, ਜਿਹਦੇ ਕਾਰਨ ਮੇਰੇ ਭਾਈ ਭੈਣੋ ਪਰਮੇਸ਼ਰ ਦੇ ਵਚਨ ਨੂੰ ਮੰਨਣ ਦੀ ਬਜਾਏ ਉਲਟ ਤਰਸ਼ੀਸ਼ ਨੂੰ ਚਲਾ ਗਿਆ। ਜੇ ਸ਼ਿਪ ਦੇ ਵਿੱਚ ਬੈਠਾ, ਉਹਦੇ ਕਾਰਨ ਸ਼ਿਪ ਵਾਲਿਆਂ ਦੇ ਲਈ ਸਾਰਿਆਂ ਲਈ ਮੁਸੀਬਤ ਤੇ ਘਾਟਾ ਤੇ ਮੌਤ ਦਾ ਸਾਇਆ ਆ ਗਿਆ। ਮੇਰੇ ਭਾਈ ਭੈਣੋ, ਜਦ ਯੂਨਾਨ ਨਬੀ ਨੂੰ ਆਪਣੀ ਗਲਤੀ ਮੰਨੀ, ਉਹਨੂੰ ਸਮੁੰਦਰ ਚ ਸੁੱਟ ਦਿੱਤਾ ਗਿਆ, ਤੇ ਬਾਈਬਲ ਇਹ ਗੱਲ ਬਿਆਨ ਕਰਦੀ ਆ
ਕਿ ਸ਼ਿਪ 'ਚ ਰਹਿਣ ਵਾਲੇ ਲਈ ਸਮੁੰਦਰ ਦਾ ਜਿਹੜਾ ਤੂਫਾਨ ਦਾ ਜ਼ੋਰ ਸੀਗਾ ਉਹ ਸ਼ਾਂਤ ਹੋ ਗਿਆ। ਪਰ ਜਦੋਂ ਯੂਨਾ ਨਬੀ ਨੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਪਰਮੇਸ਼ਰ ਨੇ ਮੱਛੀ ਨੂੰ ਹੁਕਮ ਦਿੱਤਾ ਤੇ ਮੱਛੀ ਨੇ ਯੂਨਾ ਨਬੀ ਨੂੰ ਨਿਗਲ ਲਿਆ। ਜਿਵੇਂ ਅਸੀਂ ਆਯੂਬ ਨਬੀ ਦੇ ਵਚਨ 'ਚੋਂ ਪੜ੍ਹਿਆ ਕਿ ਮੱਛੀਆਂ ਤੇਰੇ ਲਈ ਨਿਰਣਾ ਕਰਨਗੀਆਂ, ਭਾਵ ਡੰਗਰ, ਆਕਾਸ਼ ਦੇ ਪੰਛੀ, ਜੀਵ ਜੰਤੂ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਹੈ, ਪਰ ਮਨੁੱਖ ਜਿਹਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਇਆ ਇਹ ਵਫ਼ਾਦਾਰ ਨਹੀਂ ਰਿਹਾ। ਜਿਹਦੇ ਕਾਰਨ ਤਿੰਨ ਦਿਨ ਮੱਛੀ ਦੇ ਪੇਟ 'ਚ ਰਹਿਣ ਤੋਂ ਬਾਅਦ ਜਦੋਂ ਯੂਨਾ ਨਬੀ ਨੇ ਆਪਣੀ ਗਲਤੀ ਨੂੰ ਮੰਨਿਆ ਤੇ ਪਰਮੇਸ਼ਰ ਨੇ ਮੱਛੀ ਨੂੰ ਹੁਕਮ ਦਿੱਤਾ ਤੇ ਉਹਨੂੰ ਸਮੁੰਦਰ ਦੇ ਵਿੱਚੋਂ ਕੱਢ ਕੇ ਮੂੰਹ 'ਚੋਂ ਉਗਲਾਸ਼ ਦਿੱਤਾ। ਅੱਗੇ ਨੀਨਵਾ ਸ਼ਹਿਰ ਸੀ ਜਿੱਥੇ ਜਾ ਕੇ ਯੂਨਾ ਨਬੀ ਨੇ ਪਰਮੇਸ਼ਰ ਦਾ ਵਚਨ ਦੇਣਾ ਸ਼ੁਰੂ ਕੀਤਾ। ਤਿੰਨ ਅਧਿਆਏ ਦੇ ਵਿੱਚ ਉਹਨੇ ਆਗਿਆਕਾਰੀ ਕੀਤੀ, ਉਹਨੇ ਪਰਮੇਸ਼ਰ ਦੇ ਵਚਨ ਨੂੰ ਮੰਨ ਲਿਆ, ਜਿਹਦੇ ਕਾਰਨ 1,20,000 ਤੋਂ ਵੱਧ ਲੋਕ ਯੂਨਾ ਨਬੀ ਦੇ ਦੁਆਰਾ ਬਚਾਏ ਗਏ। ਪਰ ਉਸ ਤੋਂ ਪਹਿਲਾਂ ਜਦੋਂ ਯੂਨਾ ਨਬੀ ਨੇ ਖੁਦ ਪਰਮੇਸ਼ਰ ਦਾ ਵਚਨ ਤੋੜਿਆ ਤੇ ਖੁਦ ਵੀ ਮੌਤ ਦੇ ਮੂੰਹ 'ਚ ਚਲਾ ਗਿਆ, ਖੁਦ ਵੀ ਦੁੱਖ ਤੇ ਕਸ਼ਟ ਦੇ ਵਿੱਚ ਚਲਾ ਗਿਆ ਤੇ ਦੂਸਰਿਆਂ ਲਈ ਵੀ ਮੁਸੀਬਤ ਦਾ ਕਾਰਨ ਬਣਿਆ। ਇਹ ਪਹਿਲੇ ਆਦਮ ਦੀ ਨੰਗੀ ਤਸਵੀਰ ਹੈ ਕਿ ਆਦਮ ਨੇ ਗੁਨਾਹ ਕੀਤਾ ਤੇ ਸਾਰੀ ਧਰਤੀ ਦੇ ਉੱਤੇ ਗੁਨਾਹ ਤੇ ਸਰਾਪ ਆਇਆ ਤੇ ਮੌਤ ਦਾ ਸਾਇਆ ਆਇਆ। ਦੂਸਰੇ ਆਦਮ ਪ੍ਰਭੂ ਯੇਸ਼ੂ ਨੇ ਪਿਤਾ ਦੀ ਆਗਿਆਕਾਰੀ ਕੀਤੀ ਹੈ ਕਿ ਸਾਰੇ ਸੰਸਾਰ ਦੇ ਲਈ ਜੀਵਨ ਔਰ ਸਾਰੇ ਸੰਸਾਰ ਲਈ ਪਾਪਾਂ ਦੀ ਮਾਫ਼ੀ ਤੇ ਸਾਰੇ ਸੰਸਾਰ ਦੇ ਲਈ ਵੱਡੀ ਖੁਸ਼ੀ ਦਾ ਪੈਗਾਮ ਆਇਆ ਹੈ ਕਿ ਜਿਹੜਾ ਵਿਸ਼ਵਾਸ ਕਰੇਗਾ ਉਹ ਪਰਮੇਸ਼ਰ ਦੇ ਆਨੰਦ ਨੂੰ ਪ੍ਰਾਪਤ ਕਰੇਗਾ। ਇਸ ਲਈ ਜਦੋਂ ਤਿੰਨ ਅਧਿਆਏ ਦੇ ਵਿੱਚ ਯੂਨਾ ਨਬੀ ਨੇ ਆਪਣੀ ਗਲਤੀ ਨੂੰ ਮੰਨ ਲਿਆ ਤੇ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਯੂਨਾ ਤੇ ਵੀ ਕਿਰਪਾ ਕੀਤੀ ਹੈ, ਉਹਦੀ ਜ਼ਿੰਦਗੀ ਵੀ ਬਚ ਗਈ ਹੈ ਤੇ ਉਹਦੇ ਜ਼ਰੀਏ ਨੀਨਵਾ ਦੇ 1,20,000 ਤੋਂ ਵੱਧ ਲੋਕ ਵੀ ਬਚਾਏ ਗਏ, ਜਿਹਦੇ ਕਾਰਨ ਉਹਨਾਂ ਨੇ ਖੁਦਾ ਦੀ ਕਿਰਪਾ ਨੂੰ ਪ੍ਰਾਪਤ ਕੀਤਾ। ਜਿੱਥੇ ਪਰਮੇਸ਼ਰ ਨੇ ਇਹ ਗੱਲ ਕਹੀ ਸੀ ਕਿ ਨੀਨਵਾ 40 ਦਿਨਾਂ ਨੂੰ ਖਤਮ ਹੋ ਜਾਵੇਗਾ ਪਰ 41ਵਾਂ ਦਿਨ ਉਹਨਾਂ ਲਈ ਮੁਸੀਬਤ ਵਾਲਾ ਹੋਵੇਗਾ, ਉੱਥੇ 41ਵਾਂ ਦਿਨ ਉਹਨਾਂ ਲਈ ਖੁਸ਼ੀ ਵਾਲਾ, ਉਹਨਾਂ ਲਈ ਆਨੰਦ ਵਾਲਾ ਤੇ ਉਹਨਾਂ ਦੇ ਲਈ ਵੱਡੀ ਆਸ਼ੀਸ਼ ਵਾਲਾ ਸੀ। ਇਹੀ ਕਾਰਨ ਹੈ ਕਿ ਪਰਮੇਸ਼ਰ ਨੇ ਆਪਣੇ ਪ੍ਰੇਮ ਨੂੰ ਆਪਣੇ ਪੁੱਤਰ ਪ੍ਰਭੂ ਯੇਸ਼ੂ ਦੇ ਵਸੀਲੇ ਪ੍ਰਗਟ ਕੀਤਾ ਹੈ। ਇਸ ਲਈ ਪ੍ਰਭੂ ਯੇਸ਼ੂ ਦਾ ਜਨਮ ਵੱਡੀ ਖੁਸ਼ੀ ਦੀ ਖਬਰ ਹੈ। ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ, ਜਿਹੜਾ ਉਹਦੀ ਬਾਣੀ ਨੂੰ ਆਪਣੀ ਜ਼ਿੰਦਗੀ 'ਚ ਰੱਖਦਾ ਹੈ, ਉਹ ਆਪਣੇ ਘਰ ਦੇ ਲਈ, ਉਹ ਆਪਣੇ ਸਮਾਜ ਲਈ, ਉਹ ਆਪਣੇ ਸਟੇਟ ਲਈ, ਉਹ ਆਪਣੇ ਦੇਸ਼ ਲਈ ਤੇ ਪੂਰੇ ਸੰਸਾਰ ਦੇ ਲਈ ਖੁਸ਼ੀ, ਆਨੰਦ ਔਰ ਸ਼ਾਂਤੀ ਦਾ ਕਾਰਨ ਬਣਦਾ ਹੈ। ਇਸ ਲਈ ਮੇਰੇ ਭਾਈ ਭੈਣੋ, ਜਦੋਂ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਨਾਲ ਜੁੜ ਜਾਂਦੇ ਹਾਂ, ਜਦੋਂ ਸਾਡਾ ਰਿਸ਼ਤਾ ਉਹਦੇ ਨਾਲ ਜੁੜ ਜਾਂਦਾ ਹੈ ਤੇ ਸਿਰਜਣਹਾਰਾ ਆਪਣੀਆਂ ਰਹਿਮਤਾਂ ਨੂੰ ਬਹਾਲ ਕਰਦਾ ਹੈ। ਸੇਮ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਾਡੇ ਭਾਰਤ ਦੇਸ਼ ਦੀ ਕਰੰਸੀ ਦਾ ਸਭ ਤੋਂ ਵੱਡਾ ਨੋਟ 1,000 ਰੁਪਈਏ ਦਾ, 1,000 ਦੇ ਵਿੱਚੋਂ ਹੀ 500 ਦੇ ਨਿਕਲਦੇ ਨੇ, 1,000 ਦੇ ਵਿੱਚੋਂ ਹੀ 100 ਦੇ ਨਿਕਲਦੇ ਨੇ, 1,000 ਦੇ ਵਿੱਚੋਂ ਹੀ 50 ਦੇ ਨਿਕਲਦੇ ਨੇ, 1,000 ਚੋਂ ਹੀ 20 ਦੇ ਨੋਟ ਨਿਕਲਦੇ ਨੇ, 1,000 ਚੋਂ ਹੀ 10 ਦੇ ਨੋਟ ਨਿਕਲਦੇ ਨੇ ਤੇ 1,000 ਚੋਂ ਹੀ 5 ਦੇ ਨਿਕਲਦੇ ਨੇ ਤੇ 1,000 ਚੋਂ ਹੀ 2 ਦੇ ਨਿਕਲਦੇ ਨੇ ਤੇ 1,000 ਦੇ ਵਿੱਚੋਂ ਇੱਕ ਦਾ 1,000 ਨੋਟ ਨਿਕਲਦਾ। ਜਿਹਦੇ ਕੋਲ ਵੱਡਾ ਨੋਟ ਆ ਜਾਂਦਾ ਹੈ ਉਹਦੇ ਕੋਲ ਸਾਰੇ ਨੋਟ ਆ ਜਾਂਦੇ ਨੇ, ਕਿਉਂਕਿ 1,000 ਚੋਂ ਹੀ ਸਾਰੇ ਨੋਟ ਨਿਕਲਦੇ ਨੇ। ਪਰ 1 ਦੇ ਨੋਟ ਦੇ ਵਿੱਚੋਂ 2 ਨਹੀਂ ਤੁਸੀਂ ਕੱਢ ਸਕਦੇ। ਜੇ 1 ਨੋਟ ਦੇ ਵਿੱਚੋਂ 1 ਰੁਪਈਏ ਦੇ ਨੋਟ 'ਚੋਂ 2 ਰੁਪਈਏ ਨਹੀਂ ਨਿਕਲ ਸਕਦੇ ਤਾਂ ਯਾਦ ਰੱਖਣਾ, ਨਸ਼ਿਆਂ ਦੇ ਵਿੱਚੋਂ ਜ਼ਿੰਦਗੀ ਵੀ ਨਹੀਂ ਨਿਕਲ ਸਕਦੀ, ਨਸ਼ਿਆਂ 'ਚੋਂ ਖੁਸ਼ੀ ਵੀ ਨਹੀਂ ਨਿਕਲ ਸਕਦੀ, ਨਸ਼ਿਆਂ 'ਚੋਂ ਸ਼ਾਂਤੀ ਵੀ ਨਹੀਂ ਨਿਕਲ ਸਕਦੀ ਤੇ ਨਸ਼ਿਆਂ 'ਚੋਂ ਆਨੰਦ ਵੀ ਨਹੀਂ ਨਿਕਲ ਸਕਦਾ ਤੇ ਨਿੰਦਾ ਚੁਗਲੀ ਦੇ ਵਿੱਚੋਂ ਖੁਸ਼ੀ ਵੀ ਨਹੀਂ ਨਿਕਲ ਸਕਦੀ, ਝੂਠ ਦੇ ਵਿੱਚੋਂ ਤਰੱਕੀ ਵੀ ਨਹੀਂ ਹੋ ਸਕਦੀ, ਝੂਠ ਦੇ ਵਿੱਚੋਂ ਆਸ਼ੀਸ਼ ਵੀ ਨਹੀਂ ਨਿਕਲ ਸਕਦੀ। ਜਿਵੇਂ 1 ਨੋਟ ਦੇ ਵਿੱਚੋਂ 2 ਦਾ ਨਹੀਂ ਨਿਕਲ ਸਕਦਾ ਤੇ 2 ਚੋਂ 5 ਦਾ ਨਹੀਂ ਨਿਕਲ ਸਕਦਾ ਤੇ 5 ਚੋਂ 10 ਦਾ ਨਹੀਂ ਨਿਕਲ ਸਕਦਾ ਤੇ 10 ਦੇ ਨੋਟ ਚੋਂ 20 ਦਾ ਨਹੀਂ ਨਿਕਲਦਾ ਤੇ 20 ਦੇ ਨੋਟ ਚੋਂ 50 ਦਾ ਨਹੀਂ ਨਿਕਲਦਾ ਤੇ 50 ਦੇ ਨੋਟ ਚੋਂ 100 ਦਾ ਨੋਟ ਨਹੀਂ ਨਿਕਲ ਸਕਦਾ ਤੇ 100 ਦੇ ਵਿੱਚੋਂ 500 ਦਾ ਨਹੀਂ ਨਿਕਲ ਸਕਦਾ ਤੇ 500 ਦੇ ਨੋਟ ਚੋਂ 1,000 ਦਾ ਨਹੀਂ ਨਿਕਲ ਸਕਦਾ, ਪਰ 1,000 ਦੇ ਨੋਟ ਚੋਂ ਸਾਰੇ ਨੋਟ ਨਿਕਲ ਆਉਂਦੇ ਨੇ। ਜੇਕਰ ਗਿਣਤੀ ਕਰੀਏ ਤੇ ਇਹ 9 ਨੋਟ ਨੇ, ਜੇਕਰ ਅਸੀਂ ਗਿਣਤੀ ਕਰੀਏ ਤਾਂ 9 ਨੋਟ ਨੇ, 1,000 ਦਾ, 500 ਦਾ, 100 ਦਾ, 50 ਦਾ, 20 ਦਾ, 10 ਦਾ, 5 ਦਾ, 2 ਦਾ ਤੇ 1 ਦਾ। ਪਰ ਮੇਰੇ ਭਾਈ ਭੈਣੋ, ਪਵਿੱਤਰ ਆਤਮਾ ਦੇ ਵਿੱਚ ਵੀ 9 ਵਰਦਾਨ ਹੈ, ਪਵਿੱਤਰ ਆਤਮਾ 'ਚ ਵੀ 9 ਗੁਣ ਨੇ। ਤਾਂ ਜਿਹੜਾ ਸਿਰਜਣਹਾਰੇ ਨਾਲ ਜੁੜ ਜਾਂਦਾ ਹੈ
ਉਹ 9 ਵਰਦਾਨਾਂ ਨੂੰ ਪ੍ਰਾਪਤ ਕਰਦਾ ਹੈ, ਉਹ 9 ਗੁਣਾਂ ਨੂੰ ਪ੍ਰਾਪਤ ਕਰਦਾ ਹੈ। ਇਹ ਪਵਿੱਤਰ ਆਤਮਾ ਦੇ ਵਿੱਚੋਂ ਹੀ ਸਾਨੂੰ ਮਿਲਦੇ ਨੇ। ਜਦੋਂ ਅਸੀਂ ਸਿਰਜਣਹਾਰੇ ਨਾਲ ਜੁੜ ਜਾਂਦੇ ਹਾਂ, ਜਿਹਦੇ ਕੋਲ ਵੱਡਾ ਨੋਟ ਆ ਜਾਂਦਾ ਉਹਦੇ ਕੋਲ ਸਾਰੇ ਨੋਟ ਆ ਜਾਂਦੇ ਨੇ, ਜਿਹੜਾ ਸਿਰਜਣਹਾਰੇ ਨਾਲ ਜੁੜ ਜਾਂਦਾ ਆ ਮੇਰੇ ਭਾਈ ਭੈਣੋ, ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਵੀ ਉਹਦੇ ਕੋਲ ਆ ਜਾਂਦੀਆਂ। ਪ੍ਰਭੂ ਯਿਸੂ ਮਸੀਹ ਦਾ ਜਨਮ ਵੱਡੀ ਖੁਸ਼ੀ ਦੀ ਖਬਰ ਹੈ। ਜਿਹੜਾ ਉਹਦੇ ਨਾਲ ਜੁੜ ਜਾਂਦਾ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਉਹਦੇ ਜੀਵਨ 'ਚ ਆ ਜਾਂਦੀਆਂ ਨੇ। ਹਜ਼ਾਰ ਦੇ ਨੋਟ ਦਾ ਰੰਗ ਲਾਲ ਹੈ, ਯੇਸ਼ੂ ਦੇ ਲਹੂ ਦਾ ਰੰਗ ਲਾਲ ਹੈ। ਜਿਹੜਾ ਯੇਸ਼ੂ ਦੇ ਲਹੂ ਤੇ ਵਿਸ਼ਵਾਸ ਕਰਦਾ ਹੈ ਉਹ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦਾ ਹੈ। ਇਸੇ ਲਈ ਮੇਰੇ ਭਾਈ ਭੈਣੋ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਿਰਜਣਹਾਰਾ ਆਪਣੀ ਦਇਆ ਤੇ ਆਪਣੀ ਕਿਰਪਾ ਤੇ ਆਪਣੀਆਂ ਰਹਿਮਤਾਂ ਨੂੰ ਬਹਾਲ ਕਰੇ, ਤੇ ਪਰਮੇਸ਼ਰ ਸਾਡੇ ਤੋਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਉਹਦੇ ਹੱਥ ਦੇਈਏ। ਜਦੋਂ ਉਹਦੇ ਨਾਲ ਜੁੜ ਜਾਵਾਂਗੇ ਤੇ ਸਾਡੀ ਜ਼ਿੰਦਗੀ 'ਚ ਸਾਰੇ ਰੰਗਾਂ ਦੀ ਖੁਸ਼ੀ ਆ ਜਾਵੇਗੀ। ਜੋ ਜੋ ਅਸੀਂ ਚਾਹੁੰਦੇ ਪਰਮੇਸ਼ਰ ਪ੍ਰਦਾਨ ਕਰੇਗਾ, ਪਰ ਉਸ ਤੋਂ ਪਹਿਲਾਂ ਵੱਡੀ ਖੁਸ਼ੀ ਨਾਲ ਜੁੜਨਾ ਜ਼ਰੂਰੀ ਹੈ, ਉਹਦੇ ਪਵਿੱਤਰ ਵਚਨ ਨਾਲ ਜੁੜਨਾ ਜ਼ਰੂਰੀ ਹੈ, ਉਹਦੀ ਬਾਣੀ ਦਾ ਸਾਡੀ ਜ਼ਿੰਦਗੀ 'ਚ ਆਉਣਾ ਜ਼ਰੂਰੀ ਹੈ। ਤਦ ਹੀ ਅਸੀਂ ਉਹਦੀਆਂ ਰਹਿਮਤਾਂ ਅਤੇ ਉਹਦੀਆਂ ਬਰਕਤਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਹਜ਼ਾਰ ਦੇ ਨੋਟ ਦਾ ਰੰਗ ਲਾਲ ਹੈ, ਪਰ 500 ਦੇ ਨੋਟ ਦਾ ਰੰਗ ਲਾਲ ਨਹੀਂ। ਹਜ਼ਾਰ ਦਾ ਲਾਲ ਰੰਗ ਦਾ ਨੋਟ ਹੋਣਾ ਚਾਹੀਦਾ, ਤੇ ਬਾਕੀ ਰੰਗਾਂ ਦੇ ਨੋਟ ਆਪਣੇ ਆਪ ਹੀ ਆ ਜਾਣੇ ਨੇ। ਜਦੋਂ ਰੱਬ ਦੇ ਨਾਲ ਸਿਰਜਣਹਾਰੇ ਨਾਲ ਰਿਸ਼ਤਾ ਜੁੜ ਗਿਆ, ਜਦੋਂ ਸਾਡਾ ਵੱਡੀ ਖੁਸ਼ੀ ਪ੍ਰਭੂ ਯਿਸੂ ਮਸੀਹ ਨਾਲ ਰਿਸ਼ਤਾ ਜੁੜ ਗਿਆ, ਤੇ ਇਹ ਸੰਸਾਰ ਦੇ ਸਾਰੇ ਰੰਗਾਂ ਦੀ ਖੁਸ਼ੀ ਆਪਣੇ ਆਪ ਹੀ ਆ ਜਾਣੀ ਆ। ਇਸ ਲਈ ਮੇਰੇ ਭਾਈ ਭੈਣੋ, ਜੇਕਰ ਅਸੀਂ ਚਾਹੁੰਦੇ ਹਾਂ ਤੇ ਇਹ ਕ੍ਰਿਸਮਿਸ ਦਾ ਸਮਾਂ ਸਾਡੇ ਲਈ, ਸਾਡੇ ਘਰਾਣੇ, ਸਾਡੇ ਸਮਾਜ ਲਈ ਆਸ਼ੀਸ਼ ਦਾ ਹੋਵੇ, ਤੇ ਪਰਮੇਸ਼ਰ ਮੰਗ ਕਰਦਾ ਹੈ ਕਿ ਜਿਵੇਂ ਪ੍ਰਭੂ ਯਿਸੂ ਨੇ ਆਪਣੇ ਜੀਵਨ 'ਚ ਪਿਤਾ ਦੀ ਆਗਿਆਕਾਰੀ ਕੀਤੀ ਹੈ, ਅੱਜ ਅਸੀਂ ਵੀ ਠੱਗੀ ਨੂੰ ਛੱਡੀਏ, ਬੇਈਮਾਨੀ ਨੂੰ ਛੱਡੀਏ, ਨਸ਼ਿਆਂ ਨੂੰ ਤਿਆਗੀਏ, ਨਿੰਦਾ ਨੂੰ ਤਿਆਗੀਏ, ਔਰ ਬੁਰਾਈਆਂ ਨੂੰ ਤਿਆਗ ਕੇ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਹੱਥ ਦੇਈਏ। ਤੇ ਪਰਮੇਸ਼ਰ ਨੇ ਜਿਵੇਂ ਆਪਣੇ ਪੁੱਤਰ ਨੂੰ ਚਰਨੀ ਦੇ ਵਿੱਚ ਪੈਦਾ ਕੀਤਾ ਤੇ ਚਰਨੀ ਨੂੰ ਭਾਗ ਲੱਗ ਗਏ, ਚਰਨੀ ਨੂੰ ਆਸ਼ੀਸ਼ ਦੇ ਦਿੱਤੀ, ਤੇ ਬੈਤਲਮ ਦੀ ਧਰਤੀ, ਮਿਕਾ ਨਬੀ ਬਿਆਨ ਕਰਦਾ 5:2 ਐਦ ਦੇ ਵਿੱਚ, ਹੇ ਅਫਰਾਥਾ ਬੈਤਲਮ, ਤੂੰ ਜੋ ਯਹੂਦਾ ਦੇ ਹਜ਼ਾਰਾਂ ਨਗਰਾਂ ਤੋਂ ਛੋਟਾ ਹੈ, ਤੇਰੇ ਵਿੱਚੋਂ ਇੱਕ ਨਿਕਲੇਗਾ ਜਿਹਦਾ ਨਿਕਲਣਾ ਆਦ ਤੋਂ ਹੈ। ਬੈਤਲਮ ਯਹੂਦਾ ਦੇ ਹਜ਼ਾਰਾਂ ਨਗਰਾਂ ਤੋਂ ਛੋਟਾ ਜਿਹਾ ਸੀ, ਪਰ ਅੱਜ ਪੂਰੇ ਵਰਲਡ ਦੇ ਵਿੱਚ ਬੈਤਲਮ ਨਗਰ ਨੂੰ ਜਾਣਿਆ ਜਾਂਦਾ, ਕਿਉਂਕਿ ਪਰਮੇਸ਼ਰ ਨੇ ਆਪਣੇ ਪੁੱਤਰ ਯੇਸ਼ੂ ਨੂੰ ਚਰਨੀ ਦੇ ਵਿੱਚ ਬੈਤਲਮ ਦੀ ਧਰਤੀ ਤੇ ਪੈਦਾ ਕੀਤਾ, ਚਰਨੀ ਨੂੰ ਵੀ ਭਾਗ ਲੱਗ ਗਏ ਤੇ ਬੈਤਲਮ ਧਰਤੀ ਨੂੰ ਵੀ ਭਾਗ ਲੱਗ ਗਏ। ਇਸ ਤਰ੍ਹਾਂ ਜਦੋਂ ਉਹਦੀ ਬਾਣੀ ਸਾਡੀਆਂ ਜ਼ਿੰਦਗੀਆਂ 'ਚ ਆ ਜਾਵੇਗੀ, ਤੇ ਮੇਰੇ ਭਾਈ ਭੈਣੋ, ਪਰਮੇਸ਼ਰ ਤੁਹਾਡੇ ਦੁਆਰਾ ਆਪਣੀ ਕਿਰਪਾ ਨੂੰ ਦੂਸਰਿਆਂ 'ਤੇ ਬਹਾਲ ਕਰੇਗਾ, ਉਹ ਆਸ਼ੀਸ਼ ਦੇਵੇਗਾ, ਉਹ ਆਨੰਦ ਦੇਵੇਗਾ, ਉਹ ਸ਼ਾਂਤੀ ਦੇਵੇਗਾ, ਤੇ ਉਹ ਜੀਵਨ ਪ੍ਰਦਾਨ ਕਰੇਗਾ। ਵੱਡੀ ਖੁਸ਼ੀ, ਵੱਡਾ ਚਾਨਣ ਪ੍ਰਗਟ ਹੋਇਆ, ਤੇ ਵੱਡੇ ਦਿਨ ਦੇ ਨਾਲ ਇਹ ਕ੍ਰਿਸਮਿਸ ਦੇ ਦਿਨ ਨੂੰ ਜਾਣਿਆ ਜਾਂਦਾ ਹੈ ਕਿ ਪਰਮੇਸ਼ਰ ਨੇ ਆਪਣਾ ਪ੍ਰੇਮ ਆਪਣੇ ਪੁੱਤਰ ਯੇਸ਼ੂ ਦੇ ਵਸੀਲੇ ਪ੍ਰਗਟ ਕੀਤਾ ਹੈ। ਇਸ ਲਈ ਮੇਰੇ ਭਾਈ ਭੈਣੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਨਵਾਂ ਸਾਲ ਜਿਹੜਾ ਸ਼ੁਰੂ ਹੋਣ ਲਈ ਜਾ ਰਿਹਾ ਹੈ ਸਾਡੇ ਲਈ ਬਰਕਤਾਂ ਲੈ ਕੇ ਆਵੇ, ਸਾਡੇ ਲਈ ਆਨੰਦ ਲੈ ਕੇ ਆਵੇ, ਸਾਡੇ ਲਈ ਸ਼ਾਂਤੀ ਲੈ ਕੇ ਆਵੇ, ਤੇ ਪਰਮੇਸ਼ਰ ਮੰਗ ਕਰਦਾ ਹੈ ਕਿ ਆਪਣੀ ਜ਼ਿੰਦਗੀ ਨੂੰ ਉਹਦੇ ਹੱਥ ਦਿਓ, ਆਪਣੇ ਹਿਰਦਿਆਂ ਨੂੰ ਖੋਲ੍ਹ ਦਿਓ, ਆਪਣੇ ਦਿਲ ਨੂੰ ਖੋਲ੍ਹ ਦਿਓ, ਤਾਂ ਕਿ ਪਰਮੇਸ਼ਰ ਆਪਣੇ ਪੁੱਤਰ ਯਿਸੂ ਦੇ ਦੁਆਰਾ ਆਪਣੀ ਕਿਰਪਾ ਨੂੰ ਬਹਾਲ ਕਰੇ, ਤੇ ਪਵਿੱਤਰ ਆਤਮਾ ਦੇ ਦੁਆਰਾ ਤੁਹਾਡੀਆਂ ਜ਼ਿੰਦਗੀਆਂ 'ਚ ਵੀ ਜਨਮ ਲਵੇ, ਤਾਂ ਜੋ ਤੁਹਾਡੀਆਂ ਜ਼ਿੰਦਗੀਆਂ 'ਚੋਂ ਬੁਰਾਈ ਖਤਮ ਹੋ ਜਾਵੇ, ਤੁਹਾਡੀਆਂ ਜ਼ਿੰਦਗੀਆਂ 'ਚੋਂ ਹਨੇਰਾ ਖਤਮ ਹੋ ਜਾਵੇ, ਤੁਹਾਡੀਆਂ ਜ਼ਿੰਦਗੀਆਂ 'ਚੋਂ ਅਗਿਆਨਤਾ ਖਤਮ ਹੋ ਜਾਵੇ, ਤੁਹਾਡੀਆਂ ਜ਼ਿੰਦਗੀਆਂ 'ਚੋਂ ਗਮ ਦੇ ਦਿਨ ਖਤਮ ਹੋ ਜਾਣ, ਤੇ ਤੁਹਾਡੀਆਂ ਜ਼ਿੰਦਗੀਆਂ 'ਚੋਂ ਗੁਲਾਮੀ ਦੇ ਦਿਨ ਖਤਮ ਹੋ ਜਾਣ, ਤੇ ਆਜ਼ਾਦੀ ਨੂੰ ਤੁਸੀਂ ਮਹਿਸੂਸ ਕਰ ਸਕੋ, ਆਨੰਦ ਨੂੰ ਤੁਸੀਂ ਮਹਿਸੂਸ ਕਰ ਸਕੋ, ਤੇ ਖੁਸ਼ੀ ਨੂੰ ਤੁਸੀਂ ਮਹਿਸੂਸ ਕਰ ਸਕੋ, ਤੇ ਜੀਵਨ ਨੂੰ ਤੁਸੀਂ ਮਹਿਸੂਸ ਕਰ ਸਕੋ। ਇਸ ਲਈ ਜ਼ਰੂਰਤ ਹੈ ਕਿ ਆਪਣੇ ਆਪ ਨੂੰ ਉਹਦੇ ਹੱਥ ਦੇਈਏ। ਸਭ ਅੱਖਾਂ ਬੰਦ ਕਰਾਂਗੇ। ਸਰਵ ਸ਼ਕਤੀਮਾਨ ਪਿਤਾ, ਤੂੰ ਦਇਆ ਦਾ ਸਾਗਰ ਤੇ ਕਿਰਪਾ ਦਾ ਧਨੀ ਹੈ। ਮਹਾਨ ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਮਹਾਨ ਪਿਤਾ ਤੁਸੀਂ ਆਪਣੇ ਪੁੱਤਰ ਯੇਸ਼ੂ ਨੂੰ ਚਰਨੀ ਦੇ ਵਿੱਚ ਪੈਦਾ ਕੀਤਾ, ਚਰਨੀ ਨੂੰ ਭਾਗ ਲੱਗ ਗਏ ਤੇ ਬੈਤਲਮ ਦੀ ਧਰਤੀ ਨੂੰ ਭਾਗ ਲੱਗ ਗਏ, ਅਸੀਂ ਚਾਹੁੰਦੇ ਹਾਂ ਕਿ ਅੱਜ ਮਹਾਨ ਪਿਤਾ ਹਰ ਜ਼ਿੰਦਗੀ ਤੁਸੀਂ ਆਪਣੇ ਪੁੱਤਰ ਦੇ ਦੁਆਰਾ ਜਨਮ ਲਓ, ਤਾਂ ਕਿ ਹਰ ਜ਼ਿੰਦਗੀ 'ਚ ਤੁਹਾਡੀ ਆਸ਼ੀਸ਼ ਆ ਜਾਵੇ, ਤੇ ਹਰ ਜ਼ਿੰਦਗੀ 'ਚ ਅਗਿਆਨਤਾ ਖਤਮ ਹੋ ਜਾਵੇ, ਹਰ ਜ਼ਿੰਦਗੀ 'ਚੋਂ ਸਰਾਪ ਖਤਮ ਹੋ ਜਾਵੇ, ਤੇ ਹਰ ਜ਼ਿੰਦਗੀ 'ਚੋਂ ਮੌਤ ਦਾ ਸਾਇਆ ਖਤਮ ਹੋ ਜਾਵੇ, ਤੁਹਾਡੀ ਆਸ਼ੀਸ਼, ਤੁਹਾਡਾ ਅਨੁਗ੍ਰਹਿ ਹਰ ਜੀਵਨ ਦੇ ਵਿੱਚ ਪ੍ਰਗਟ ਹੋਵੇ, ਤਾਂ ਕਿ ਮਹਾਨ ਪਿਤਾ ਹਰ ਇੱਕ ਰੂਹ
ਆਪਣੇ ਆਪ ਦੇ ਵਿੱਚ ਉਸ ਆਜ਼ਾਦੀ ਨੂੰ ਤੇ ਉਸ ਸ਼ਾਂਤੀ ਨੂੰ ਤੇ ਉਸ ਜੀਵਨ ਨੂੰ ਮਹਿਸੂਸ ਕਰ ਸਕੇ ਜਿਹੜਾ ਤੁਸੀਂ ਆਪਣੇ ਪੁੱਤਰ ਯਿਸੂ ਦੇ ਦੁਆਰਾ ਪ੍ਰਗਟ ਕੀਤਾ ਹੈ। ਅਨੁਗ੍ਰਹਿ ਕਰੋ, ਇਹ ਕ੍ਰਿਸਮਸ ਦਾ ਮੌਕਾ ਮਹਾਨ ਪਿਤਾ ਸਾਰਿਆਂ ਦੇ ਲਈ ਖੁਸ਼ੀ ਵਾਲਾ ਹੋਵੇ, ਇਹਨਾਂ ਦੇ ਦੁਆਰਾ, ਇਹਨਾਂ ਦੇ ਘਰਾਣੇ ਤੇ ਸਮਾਜ, ਪੰਜਾਬ ਸਟੇਟ ਤੇ ਭਾਰਤ ਦੇਸ਼ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰੇ। ਪ੍ਰਭੂ ਯਿਸੂ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ। ਦੋ ਹਜ਼ਾਰ 2007 ਵਿੱਚ ਪ੍ਰਭੂ ਨੇ ਸਮਰਾਏ ਪਿੰਡ ਵਿੱਚ ਚਰਚ ਵਾਸਤੇ ਜ਼ਮੀਨ ਲੈਣ ਅਤੇ ਚਰਚ ਬਿਲਡਿੰਗ ਬਣਾਉਣ ਲਈ ਕਿਰਪਾ ਬਖਸ਼ੀ, ਜਿਸ ਦਾ ਉਦਘਾਟਨ ਕਰਦੇ ਹੋਏ ਸੰਤ ਸੁੰਦਰ ਲਾਲ ਜੀ, ਸੰਤ ਰਾਮ ਲਾਲ ਜੀ ਅਤੇ ਹੋਰ ਪ੍ਰਭੂ ਦੇ ਬਹੁਤ ਹੀ ਆਦਰਯੋਗ ਸੇਵਕ ਨਾਲ ਸਹਿਯੋਗ ਦਿੰਦੇ ਹੋਏ ਅਤੇ ਸੰਗਤਾਂ ਦਾ ਠਾਠਾ ਮਾਰਦਾ ਦ੍ਰਿਸ਼। 15 ਅਗਸਤ 2007 ਨੂੰ ਇਸ ਚਰਚ ਦਾ ਉਦਘਾਟਨ ਕੀਤਾ ਗਿਆ। ਇਸ ਸ਼ੁਭ ਮੌਕੇ 'ਤੇ ਪਰਮੇਸ਼ਵਰ ਨੇ ਸੰਗਤਾਂ ਨੂੰ ਵੱਡੀ ਕਿਰਪਾ ਬਖਸ਼ਿਸ਼ ਕੀਤੀ ਅਤੇ ਇਲਾਕੇ ਨੂੰ ਇਹ ਚਰਚ ਪ੍ਰਾਰਥਨਾ ਘਰ ਮੁਹੱਈਆ ਕਰਵਾ ਕੇ ਹਰਸ਼ੋ ਉਲਾਸ ਦੇ ਨਾਲ ਭਰ ਦਿੱਤਾ। ਪੰਦਰਾਂ ਅਗਸਤ 2009 ਨੂੰ ਆਜ਼ਾਦੀ ਦੇ ਸ਼ੁਭ ਮੌਕੇ ਦੇ ਉੱਤੇ ਆਦਰਸ਼ ਪੈਲਸ ਜਲੰਧਰ ਦੇ ਵਿੱਚ ਆਤਮਿਕ ਜਾਗਰਤੀ ਸ਼ਾਂਤੀ ਸੰਮੇਲਨ ਕਰਵਾਇਆ ਗਿਆ, ਜਿਸ ਦੇ ਪ੍ਰਬੰਧਕ ਭਾਈ ਡੇਵਿਡ ਮਸੀਹ ਅਤੇ ਉਸਦਾ ਪਰਿਵਾਰ, ਜੋ ਬਹੁਤ ਵੱਡੇ ਕਰਜ਼ਿਆਂ ਦੇ ਬੋਝ ਹੇਠ ਫਸੇ ਹੋਏ ਸਨ, ਪਰ ਜਦੋਂ ਪ੍ਰਭੂ ਦੇ ਸੰਤਾਂ ਨਾਲ ਉਹਦਾ ਮਿਲਾਪ ਹੋਇਆ, ਪਰਮੇਸ਼ਵਰ ਨੇ ਉਹਨਾਂ ਉੱਤੇ ਵੱਡੀ ਕਿਰਪਾ ਕੀਤੀ ਅਤੇ ਉਹਨਾਂ ਨੂੰ ਕਰਜ਼ਿਆਂ ਦੇ ਬੋਝ ਤੋਂ ਆਜ਼ਾਦੀ ਦਿੱਤੀ, ਜਿਨ੍ਹਾਂ ਨੇ ਆਪਣੀ ਆਜ਼ਾਦੀ ਅਤੇ ਭਾਰਤ ਦੀ ਆਜ਼ਾਦੀ ਨੂੰ ਬਹੁਤ ਹੀ ਹਰਸ਼ੋ ਉਲਾਸ ਦੇ ਨਾਲ ਮਨਾਇਆ ਅਤੇ ਇਸ ਦਿਹਾੜੇ ਦੇ ਉੱਤੇ ਦੂਰ ਦੂਰ ਤੋਂ ਸੰਗਤਾਂ ਨੂੰ ਬੁਲਾ ਕੇ ਇਹ ਸਤਸੰਗ ਕਰਵਾਇਆ, ਜਿਸ ਸਤਸੰਗ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਦਾਸਾਂ ਨੂੰ ਅਚਰਜ ਰੀਤੀ ਨਾਲ ਇਸਤੇਮਾਲ ਕੀਤਾ। ਉਸ ਦਿਨ ਬਹੁਤ ਜ਼ਿਆਦਾ ਬਾਰਿਸ਼ ਹੋਈ ਅਤੇ ਪ੍ਰਭੂ ਦੇ ਦਾਸਾਂ ਨੇ ਦੱਸਿਆ ਕਿ ਇਹ ਬਾਰਿਸ਼ ਪਵਿੱਤਰ ਆਤਮਾ ਦਾ ਚਿੰਨ੍ਹ ਹੈ ਅਤੇ ਪਵਿੱਤਰ ਆਤਮਾ ਇਸ ਸਮੇਂ ਤੋਂ ਬਹੁਤਾਇਤ ਨਾਲ ਕੰਮ ਕਰੇਗਾ। ਉਸ ਸਮੇਂ ਅਤੇ ਉਸ ਸਮੇਂ ਤੋਂ ਬਾਅਦ ਦੇ ਵਿੱਚ ਪਵਿੱਤਰ ਆਤਮਾ ਨੇ ਬਹੁਤਾਇਤ ਦੇ ਨਾਲ ਕੰਮ ਕਰਨੇ ਆਰੰਭ ਕੀਤੇ ਅਤੇ ਬਹੁਤ ਸਾਰੇ ਲੋਕਾਂ ਨੂੰ ਆਸ਼ੀਸ਼ਿਤ ਕੀਤਾ। ਸਾਰੇ ਸੰਗਤ ਨੂੰ ਜੈ ਮਸੀਹ ਦੀ। ਮੇਰਾ ਨਾਮ ਮੇਜਰ, ਮੇਰਾ ਪਿੰਡ ਕੰਗਣੀਵਾਲ, ਜ਼ਿਲ੍ਹਾ ਜਲੰਧਰ, ਜਲੰਧਰ ਤੋਂ ਨੂਰਮਹਿਲ ਰੋਡ 'ਤੇ ਸਥਿਤ ਪਿੰਡ ਹੈ। ਭਾਈ ਭੈਣੋ, 1991 ਵਿੱਚ ਮੇਰੀ ਮੈਰਿਜ ਹੋਈ ਸੀਗੀ। ਮੈਰਿਜ ਤੋਂ ਬਾਅਦ ਸਾਡੇ 3 ਬੱਚੇ ਹੋਏ, ਪਰ ਬੱਚੇ ਬਿਮਾਰੀ ਦੇ ਕਾਰਨ, ਕਿਸੇ ਬਿਮਾਰੀ ਦੇ ਕਾਰਨ ਉਹ ਜਿਹੜੇ ਆ, ਜਾਣੀ ਸਾਡੇ ਕੋਲ ਨਹੀਂ ਰਹੇ, ਉਹ ਪੂਰੇ ਹੋ ਗਏ। ਉਸ ਤੋਂ ਦੌਰਾਨ 6 ਸਾਲ ਅਸੀਂ ਬਹੁਤ ਗਰੀਬੀ ਵਿੱਚ ਰਹੇ। ਅਸੀਂ ਬਹੁਤ ਦਵਾਈਆਂ ਕੀਤੀਆਂ, ਬਹੁਤ ਦਵਾਵਾਂ ਕਰਾਈਆਂ, ਪਰ ਸਾਡੀ ਕਿਤੇ ਵੀ ਪੂਰੀ ਨਾ ਪਈ। 1997 ਵਿੱਚ ਸੰਤ ਸੁੰਦਰ ਲਾਲ ਜੀ ਪੈਦਲ ਪ੍ਰਚਾਰ ਕਰਦੇ ਹੋਏ ਜਦੋਂ ਪਿੰਡ ਪਿੰਡ ਵਿੱਚ ਘੁੰਮਦੇ ਸੀਗੇ, ਸਾਡੇ ਪਿੰਡ ਵੀ ਆਏ ਅਤੇ ਅਸੀਂ ਉਹਨਾਂ ਨੂੰ ਆਪਣਾ ਸਾਰਾ ਦੁੱਖ ਦੱਸਿਆ। ਸਾਰਾ ਦੁੱਖ ਦੱਸਣ ਤੋਂ ਬਾਅਦ ਸੰਤਾਂ ਕੋਲੋਂ ਪ੍ਰਾਰਥਨਾ ਕਰਵਾਈਆਂ। ਉਸ ਤੋਂ ਬਾਅਦ ਸਾਡੇ 1997 ਵਿੱਚ ਇਹ ਲੜਕੇ ਦੀ ਆਸ਼ੀਸ਼ ਹੋਈ। ਇਸਦਾ ਨਾਂ ਅਮਨ ਕੁਮਾਰ ਰੱਖਿਆ ਗਿਆ, ਜੋ ਸੰਤਾਂ ਨੇ ਹੀ ਇਸਦਾ ਨਾਮ ਰੱਖਿਆ। ਉਸ ਤੋਂ ਬਾਅਦ ਫਿਰ ਅਸੀਂ ਪ੍ਰਭੂ ਦੇ ਨਾਲ ਜੁੜ ਗਏ। ਪ੍ਰਭੂ ਦੇ ਨਾਲ ਜੁੜਨ ਦੇ ਕਾਰਨ ਅਸੀਂ ਬਿਆਸ ਪਿੰਡ ਵੀ ਸਤਸੰਗ ਜਾਂਦੇ ਰਹੇ। ਉਸ ਤੋਂ ਬਾਅਦ ਫਿਰ ਸਾਡੇ ਇੱਕ ਲੜਕਾ ਹੋਰ ਪੈਦਾ ਹੋਇਆ। ਉਸ ਤੋਂ ਬਾਅਦ ਅਸੀਂ ਸੰਗਤ ਨਹੀਂ ਛੱਡੀ, ਸੰਗਤ ਕਰਦੇ ਰਹੇ। ਸੰਤਾਂ ਦੀਆਂ ਦੁਆਵਾਂ ਪ੍ਰਾਰਥਨਾ ਕਰਨ ਸਾਡੇ 'ਤੇ ਜੋ ਗਰੀਬੀ ਦੇ ਹਾਲਾਤ ਸੀਗੇ ਉਹ ਵੀ ਸੁਧਰ ਗਏ। ਉਸ ਤੋਂ ਬਾਅਦ ਅਸੀਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰਭੂ ਯਿਸੂ ਦਾ ਵੀ ਬਹੁਤ ਬਹੁਤ ਧੰਨ ਕਰਦੇ, ਜਿਸ ਨੇ ਸਾਨੂੰ ਸੰਭਾਲ ਕੇ ਰੱਖਿਆ। ਪ੍ਰਭੂ ਸਭ ਨੂੰ ਸੰਭਾਲਦਾ ਹੈ, ਪ੍ਰਭੂ ਸਾਰਿਆਂ ਨੂੰ ਸੰਭਾਲ ਕੇ ਰੱਖਦਾ ਹੈ। ਔਰ ਭਾਈ ਭੈਣੋ, ਜੋ ਵੀ ਬੱਚੇ ਤੋਂ, ਕਿਸੇ ਵੀ ਔਲਾਦ ਤੋਂ ਬੇਔਲਾਦ ਹੈ, ਉਹ ਪ੍ਰਭੂ ਯਿਸੂ ਦੇ ਦੁਆਰੇ ਆਓ। ਪ੍ਰਭੂ ਕੋਲ ਆਉਂਗੇ ਤੁਹਾਨੂੰ ਆਸ਼ੀਸ਼ ਮਿਲੇਗੀ। ਉਹ ਬਚਾਉਣ ਵਾਲਾ ਹੈ, ਸਭ ਨੂੰ ਬਚਾਉਂਦਾ ਹੈ। ਪ੍ਰਭੂ ਯਿਸੂ ਤੁਹਾਨੂੰ ਵੀ ਬਚਾਵੇਗਾ ਜਿੱਦਾਂ ਮੈਨੂੰ ਬਚਾਇਆ ਹੈ।
ਸਾਰੀ ਸੰਗਤ ਨੂੰ ਜੈ ਮਸੀਹ ਦੀ। ਹਾਲੇ ਲੋਹੀਆ, ਹਾਲੇ ਲੋਹੀਆ। ਸਾਰੀਆਂ ਸੰਗਤਾਂ ਨੂੰ ਜੈ ਮਸੀਹ ਦੀ। ਮੇਰਾ ਨਾਮ ਦਰਸ਼ਨ ਰਾਮ, ਪਿੰਡ ਸੋਂਡ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ। ਪ੍ਰਭੂ ਨੇ ਉਸ ਅਜੋਕੇ ਸਮੇਂ ਦੇ ਵਿੱਚ ਸਾਡੀ ਮਦਦ ਕੀਤੀ ਜਦੋਂ ਅਸੀਂ ਦੁਖੀ ਅਤੇ ਲਾਚਾਰ ਸੀਗੇ। ਸਾਡੇ ਪਰਿਵਾਰ ਦੇ ਵਿੱਚ ਇੱਕ ਬੇਟੀ ਨੇ ਜਨਮ ਲਿਆ ਜਿਹਨੂੰ ਚਮੜੀ ਦੇ ਭਿਆਨਕ ਰੋਗ ਨੇ ਘੇਰ ਲਿਆ। ਅਲੱਗ ਅਲੱਗ ਡਾਕਟਰਾਂ ਕੋਲੋਂ ਉਹਦਾ ਇਲਾਜ ਕਰਾਇਆ ਪਰ ਕਿਤੇ ਵੀ ਇਲਾਜ ਨਹੀਂ ਹੋਇਆ। ਬਿਮਾਰੀ ਹੋਰ ਵੱਧਦੀ ਗਈ, ਬੇਟੀ ਦੀ ਬਿਮਾਰੀ ਇੰਨੀ ਵੱਧ ਗਈ ਕਿ ਉਹਦੇ ਸਰੀਰ ਸਿਰ ਦੇ ਉੱਤੋਂ ਵਾਲ ਲਿੱਥ ਗਏ, ਜਿਸਮ ਦੇ ਕੋਈ ਕੱਪੜਾ ਨਹੀਂ ਸੀ ਪੈਂਦਾ, ਹੱਥਾਂ ਪੈਰਾਂ ਦੇ ਨਹਿ ਲਿੱਥ ਗਏ। ਉਸ ਸਮੇਂ ਦੇ ਵਿੱਚ ਪ੍ਰਭੂ ਦੇ ਸੰਤਾਂ ਨਾਲ ਸੰਤ ਸੁੰਦਰ ਲਾਲ ਜੀ ਉਹਨਾਂ ਨਾਲ ਮੇਲ ਹੋਇਆ ਅਤੇ ਉਹਨਾਂ ਨੇ ਸਾਨੂੰ ਪ੍ਰਭੂ ਦੇ ਬਾਰੇ 'ਚ ਦੱਸਿਆ। ਅਰਦਾਸ ਬੇਨਤੀ ਕੀਤੀ ਕਿ ਜਿਹੜੀ ਤੁਸੀਂ ਘਬਰਾਉਣ ਦੀ ਲੋੜ ਨਹੀਂ, ਬੇਟੀ ਜਿਹੜੀ ਆ ਇਹ ਬਿਲਕੁਲ ਠੀਕ ਹੋ ਜਾਊਗੀ। ਔਰ ਜਿਹੜੀ ਬੇਟੀ ਸੀਗੀ ਇੱਕ ਮਹੀਨੇ ਦੇ ਵਿੱਚ ਬਿਨਾਂ ਕਿਸੇ ਦਵਾਈ ਤੋਂ ਚੰਗੀ ਹੋ ਗਈ। ਉਸ ਤੋਂ ਵੱਧ ਕੇ ਪ੍ਰਭੂ ਨੇ ਪਰਿਵਾਰ ਦੇ ਵਿੱਚ ਰਹਿਮਤਾਂ ਕੀਤੀਆਂ। 1996 ਦੇ ਵਿੱਚ ਮੈਨੂੰ ਅਟੈਕ ਹੋ ਗਿਆ ਸੀ, ਮੈਂ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀਗਾ, ਮੈਨੂੰ ਹੋਸਪਿਟਲ ਜਾਣਾ ਪਿਆ। ਡਾਕਟਰ ਕਹਿੰਦਾ ਸਾਰੀ ਜ਼ਿੰਦਗੀ ਤੈਨੂੰ ਦਵਾਈਆਂ ਦੇ ਉੱਤੇ ਬਤੀਤ ਕਰਨੀ ਪਊਗੀ। ਪਰ ਜਦ ਦੇ ਪ੍ਰਭੂ ਦੇ ਸੰਤਾਂ ਦੇ ਨਾਲ ਜੁੜੇ ਹਾਂ, ਉਸ ਤੋਂ ਲਾ ਕੇ 14 ਸਾਲ ਦਾ ਸਮਾਂ ਬੀਤ ਗਿਆ, ਅੱਜ ਤੱਕ ਕੋਈ ਵੀ ਦਵਾਈ ਨਹੀਂ ਲਈ। ਪ੍ਰਭੂ ਦੀ ਕਿਰਪਾ ਨਾਲ ਬਿਲਕੁਲ ਤੰਦਰੁਸਤ ਹਾਂ ਅਤੇ ਜਿਉਂਦੇ ਹਾਂ। ਉਸ ਤੋਂ ਅੱਗੇ ਵੀ ਸਾਡੇ ਪਰਿਵਾਰ ਦੇ ਵਿੱਚ ਇੱਕ ਵੱਡੀ ਆਫਤ ਆਈ ਕਿ ਬੇਟੇ ਦੇ ਦੋ ਹੀ ਗੁਰਦੇ ਡਾਕਟਰ ਕਹਿੰਦੇ ਫੇਲ ਹੋ ਗਏ। ਅਲੱਗ ਅਲੱਗ ਵੱਡੇ ਹਸਪਤਾਲਾਂ 5 ਹਸਪਤਾਲਾਂ ਵਿੱਚ ਲਗਾਏ, ਜਿੱਥੇ ਵੀ ਲੈ ਕੇ ਜਾਂਦੇ ਰਹੇ ਜਵਾਬ ਹੁੰਦਾ ਗਿਆ। ਪ੍ਰਭੂ ਦੇ ਸੰਤ ਘਰ ਦੇ ਵਿੱਚ ਆਏ, ਘਰ ਦੇ ਵਿੱਚ ਪਰਿਵਾਰ ਸਾਰਾ ਗਮਗੀਨ ਸੀਗਾ। ਉਸ ਸਮੇਂ ਦੇ ਵਿੱਚ ਇਹਨਾਂ ਨੇ ਵੱਡਾ ਦਿਲਾਸਾ ਦਿੱਤਾ ਅਤੇ ਅਰਦਾਸ ਬੇਨਤੀ ਕੀਤੀ ਕਿ ਕੀ ਆ, ਪ੍ਰਭੂ ਕਦੀ ਵੀ ਜਵਾਬ ਨਹੀਂ ਦੇਊਗਾ, ਡਾਕਟਰ ਜਵਾਬ ਦੇ ਸਕਦੇ ਆ। ਇਸੇ ਤਰ੍ਹਾਂ ਪ੍ਰਭੂ ਨੇ ਸਾਡੀ ਮਦਦ ਕੀਤੀ, ਉਹ ਬੱਚੇ ਦੇ ਬੰਦ ਗੁਰਦਿਆਂ ਨੂੰ ਪ੍ਰਭੂ ਨੇ ਚਲਾ ਦਿੱਤਾ। ਇੱਕ ਭਾਈ ਜਿਹੜਾ ਸਾਡਾ 2002 ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਸੀ, ਡਾਕਟਰ ਕਹਿੰਦੇ ਸੀ ਇਹ ਬਚ ਨਹੀਂ ਸਕਦਾ ਅਤੇ ਉਹਨੂੰ ਦੇਖਿਆ ਨਹੀਂ ਅਤੇ ਕੀ ਆ, ਪ੍ਰਭੂ ਨੇ ਆਪਣੀ ਕਿਰਪਾ ਨੂੰ ਉਸ ਸਮੇਂ ਦੇ ਵਿੱਚ ਬਹਾਲ ਕੀਤਾ। ਸੰਤਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਇਹ ਜਿਹੜਾ ਬੱਚਾ ਆ ਦੁਬਾਰਾ ਫਿਰ ਜ਼ਿੰਦਗੀ ਜੀਊਗਾ, ਪ੍ਰਭੂ ਦੀ ਅਸ਼ੀਸ਼ ਆਊਗੀ। ਔਰ ਦੇਖਦੇ ਹਾਂ ਜਦੋਂ 2 ਘੰਟਿਆਂ ਬਾਅਦ ਉਸ ਬੱਚੇ ਨੂੰ ਦੇਖਿਆ ਕਿ ਉਹਦੇ ਵਿੱਚ ਜਾਨ ਆਈ ਹੋ ਸੀ ਅਤੇ ਡਾਕਟਰਾਂ ਨੇ ਕਿਹਾ ਕਿ ਇਹਨੂੰ ਰੱਬ ਨੇ ਬਚਾਇਆ। ਉਸ ਸਮੇਂ ਦੇ ਵਿੱਚ ਪ੍ਰਭੂ ਨੇ ਆਪਣੀ ਕਿਰਪਾ ਨੂੰ ਬਹਾਲ ਕੀਤਾ। ਅੱਜ ਜਿੰਨੇ ਬਹੁਤ ਸਾਰੇ ਦੁਖੀ ਲਾਚਾਰ ਵਾ ਅਲੱਗ ਅਲੱਗ ਰੋਗਾਂ ਦੇ ਵਿੱਚ ਵਾ, ਉਹਨਾਂ ਦੇ ਲਈ ਇਹ ਆ ਕਿ ਪ੍ਰਭੂ ਯੇਸ਼ੂ 'ਤੇ ਵਿਸ਼ਵਾਸ ਕਰੋ, ਸੰਤਾਂ ਕੋਲੋਂ ਦੁਆਵਾਂ ਪ੍ਰਾਰਥਨਾ ਕਰਾਵੋ ਅਤੇ ਪ੍ਰਭੂ ਜਿਸ ਤਰ੍ਹਾਂ ਸਾਡੇ ਪਰਿਵਾਰ ਦੀ ਮਦਦ ਕੀਤੀ ਆ ਤੁਹਾਡੀ ਸਾਰਿਆਂ ਦੀ ਮਦਦ ਕਰੂਗਾ। ਸਾਰਿਆਂ ਨੂੰ ਜੈ ਮਸੀਹ, ਹਾਲੇ ਲੋਈ ਆ, ਹਾਲੇ ਲੋਈ ਆ। ਆਪ ਦੇਖ ਰਹੇ ਹੈ ਪੈਗਾਮ ਟੀਵੀ।